ਲੋਕਾਂ ਨੇ ਨੋਟ ਕਰ ਲਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੈਮਰਾ ਤੁਹਾਡੇ ਤੇ ਫੋਕਸ ਨਹੀਂ ਕੀਤਾ ਜਾਂਦਾ ਤੁਹਾਨੂੰ ਦੂਰੋਂ ਵਿਖਾਇਆ ਜਾਂਦਾ ਆਪਦੇ ਬੰਦੇ ਤੇ ਕੈਮਰਾ ਫੋਕਸ ਕੀਤਾ ਜਾਂਦਾ ਪਰ ਚਲੋ ਸਰਕਾਰ ਚ ਚੱਲ ਰਿਹਾ ਇਹ ਤੁਹਾਨੂੰ ਪਤਾ ਹੋਏਗਾ ਸਰਕਾਰ ਵਿੱਚ ਬਹੁਤ ਦੇ ਰਹੇ ਹੋ ਤੁਸੀਂ 20,000 ਕਰੋੜ ਅਗਰ ਇੱਕ ਸਾਲ ਵੀ ਮਾਈਨਿੰਗ ਚੋਂ ਆ ਜਾਏ ਜਿਸ ਦਿਨ ਵੀ ਮੈਂ ਵਿਧਾਨ ਸਭਾ ਨਹੀਂ ਜਾਣਾ ਸਿੱਧੂ ਮੂਸੇ ਵਾਲਿਆਂ ਨੇ ਕਾਂਗਰਸ ਵਿੱਚ ਹੁੰਦੇ ਹੋਏ ਐਸੇ ਗੀਤ ਗਾਏ ਨੇ ਆਖੀਰ ਦੇ ਵਿੱਚ ਆ ਕੇ ਜੋ ਕਾਂਗਰਸ ਦੇ ਖਿਲਾਫ ਹੀ ਜਾਂਦੇ ਨੇ ਆਖੀਰ ਦਾ ਗੀਤ ਤਾਂ ਬਿਲਕੁਲ ਕਾਂਗਰਸ ਦੇ ਖਿਲਾਫ ਜਾਂਦਾ ਹੈ ਜਿਹੜਾ ਇਸ ਵਾਰ ਜਿਸ ਗੀਤ ਤੇ ਸਾਰੀ ਆਮ ਆਦਮੀ ਪਾਰਟੀ ਨੇ ਬਾਈਕਾਟ ਕੀਤਾ ਸੀ ਜਿਸ ਗੀਤ ਸੁਣਨ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਹੁਣ ਸਿੱਧੂ ਮੂਸੇ ਵਾਲੇ ਦੀ AK-47 ਵਾਲਾ ਕੇਸ ਦੀ ਇਨਕੁਆਇਰੀ ਸਾਨੂੰ ਕਰਨੀ ਚਾਹੀਦੀ ਆਊਗੀ ਕਮਾਈ ਕਿੱਥੋਂ 20,000 ਕਰੋੜ ਰੁਪਏ ਰੇਤੇ ਤੋਂ ਕਹਿੰਦੇ ਸੀ ਤੁਹਾਨੂੰ ਇੰਟਰਵਿਊ ਚ ਕਿਹਾ ਹੈ ਨਾਓ ਵੇਅਰ ਇਜ਼ ਦੈਟ 20,000 ਕਰੋੜ ਮੁੱਦਾ ਉਹ ਚੁੱਕ ਰਿਹਾ ਜਿਹੜਾ 15 ਸਾਲ ਪੁਰਾਣਾ ਹੈ ਜਿਵੇਂ ਸਫੈਦੇ ਪੇੜਾਂ ਦਾ ਆਇਆ ਇਹ ਤਾਂ 20 ਸਾਲ ਤੋਂ ਸਫੈਦੇ ਲਾਏ ਗਏ ਫਿਰ ਉਹਨਾਂ ਨੂੰ ਪਾਣੀ ਕਾਂਗਰਸ ਸਰਕਾਰ ਨੇ ਵੀ ਪਾਇਆ 83% ਮੂੰਗ ਪ੍ਰੋਕਿਓਰਡ ਬਿਲੋ MSP 83% ਔਰ ਮੈਂ ਬੇਨਤੀ ਕਰਨਾ ਚਾਹੁੰਦਾ ਉਸ ਡਿਸਕਸ਼ਨ ਦੇ ਵਿੱਚ ਨੋਟ ਟੂ ਬਲੇਮ ਐਨੀਬਡੀ ਨੋਟ ਟੂ ਬਲੇਮ ਆਮ ਆਦਮੀ ਪਾਰਟੀ ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਨਸ਼ਾ ਵਿਕਾ ਰਹੀ ਹੈ ਨਾ ਸਾਨੂੰ ਤੇਲ ਸਸਤਾ ਕਰ ਦਿੰਦਾ ਹੋਰ ਕੋਈ ਚੀਜ਼ ਸਸਤੀ ਕਰ ਦਿੰਦੇ ਸਾਨੂੰ ਤੁਸੀਂ ਦਾਰੂ ਸਸਤੀ ਦੇਣੀ ਸੀ ਦਾਰੂ ਵੱਧ ਜਦੋਂ ਬੰਦਾ ਸਸਤੀ ਹੋ ਕੇ ਪੀ ਕੇ ਆਊਗਾ ਘਰੇ ਕਲੇਸ਼ ਕਰੇਗਾ ਹੁਣ ਹਰਿਆਣਾ ਦੇ ਲੋਕ ਕੋਈ ਆਇਆ ਹੈ ਹਰਿਆਣਾ ਦਾ 2 ਬੋਤਲਾਂ ਲੈ ਜਾਏ ਕੋਈ ਦਿੱਕਤ ਨਹੀਂ ਹੈ 4 ਲੈ ਜਾਏ ਲੇਕਿਨ ਜੇ ਟਰੱਕ ਦਾ ਟਰੱਕ ਫਿਰ ਤਾਂ ਤੁਸੀਂ ਰੈਵਨਿਊ ਜਿੰਨਾ ਮਰਜ਼ੀ ਵਧਾ ਦਿਓ ਜੇ ਤੁਸੀਂ ਕੋਟਾ ਫਿਕਸ ਨਹੀਂ ਕਰੋਗੇ ਤੁਸੀਂ ਇਹ ਕਹੋ ਫਿਰ ਅਸੀਂ ਵੀ ਜਿਹੜੀ ਪੰਜਾਬ ਦੀ ਦਾਰੂ ਅਸੀਂ ਹਰਿਆਣੇ 'ਚ ਵੀ ਵੇਚਾਂਗੇ ਅਸੀਂ ਹਿਮਾਚਲ 'ਚ ਵੀ ਵੇਚਾਂਗੇ ਅਸੀਂ ਹੋਰ ਅਦਰ ਸਟੇਟ ਨੂੰ ਗੁਜਰਾਤ ਨੂੰ ਵੀ ਇੱਥੋਂ ਕਰ ਦਿਆਂਗੇ ਤਾਂ ਨੈਚੁਰਲੀ ਰੈਵਨਿਊ ਵੱਧ ਜੂਗਾ ਬਜਟ ਵਾਈਜ਼ ਮੈਨੂੰ ਇਹ ਲੱਗਿਆ ਕਿ ਐਜੂਕੇਸ਼ਨ 'ਤੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਇਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ 20% ਦਾ ਲੋਚਾ ਹੁੰਦਾ ਹੈ ਇਟਸ ਅ 20% ਕਰਪਸ਼ਨ ਇਨ ਬਜਟ 1,56,000 ਕਰੋੜ ਰੁਪਏ ਦਾ ਬਜਟ ਆਇਆ ਇਫ ਯੂ ਕੈਲਕੂਲੇਟ ਦੈਟ ਮਨੀ ਇਨ ਟੂ 20% ਤਾਂ 31,000 ਕਰੋੜ ਰੁਪਏ ਬਣਦਾ ਹੈ ਵੇਅਰ ਇਜ਼ ਦੈਟ 31 ਤੁਹਾਨੂੰ ਕਿਹਾ ਸੀ ਕਿ ਯਾਰ 31 ਵੋ ਔਰ 20 ਵੋ ਯੂੰ ਹੀ ਮੈਂ ਤਾਂ 56,000 ਕਰੋੜ ਨਿਕਾਲ ਦੂੰਗਾ ਕੋਟਾ ਨਿਰਧਾਰਿਤ ਨਹੀਂ ਕੀਤਾ ਫਿਰ ਇਹ ਦਾਰੂ ਬਾਹਰ ਜਾਏਗੀ ਸਮਗਲ ਹੋਏਗੀ ਸਮਗਲ ਹੋਏਗੀ ਜਦੋਂ ਸਮਗਲ ਹੋਏਗੀ ਤਾਂ ਕ੍ਰਾਈਮ ਵਧੇਗਾ ਔਰ ਤੁਸੀਂ ਇਹ ਆਪ ਮੰਨਦੇ ਸੀ ਕਿ ਤੁਸੀਂ ਤਦੀ ਕੈਪਟਨ ਅਮਰਿੰਦਰ ਨੂੰ ਪਾਰਟੀ ਤੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨ ਦੀ ਤੁਸੀਂ ਹੀ ਯੋਗ ਅੱਗੇ ਆਏ ਸਾਰੇ ਕਿ ਇਮਾਨਦਾਰੀ ਮਿਸਿੰਗ ਹੈ ਅਤੇ ਫਿਰ ਜੇ ਇਹ ਉਸ ਇਮਾਨਦਾਰੀ ਨਾਲ ਪੰਜਾਬ ਦੇ ਬਜਟ ਨੂੰ ਫਾਇਦਾ ਦਿੰਦੇ ਤਾਂ ਫਿਰ ਪ੍ਰੋਬਲਮ ਕੀ ਹੈ ਗੁਰਦਾਸਪੁਰ ਦਾ ਚੋਣ ਹੋਏ ਇੱਕ ਦਿਨ ਅਮਰਿੰਦਰ ਸਿੰਘ ਰੋਡ ਸ਼ੋਅ 'ਤੇ ਗਏ ਐਂਡ ਅਸੀਂ 2 ਲੱਖ ਅਗਰ ਤੁਸੀਂ ਇਹ ਗੱਲ ਕਹਿੰਦੇ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ 3 ਮਹੀਨਿਆਂ ਦੀ ਸਰਕਾਰ ਨੇ 7 ਦਿਨ ਆਦਰਣੀਆ ਭਗਵੰਤ ਮਾਨ ਸਾਹਿਬ ਉੱਥੇ ਰਹੇ ਕੇਜਰੀਵਾਲ ਸਾਹਿਬ ਰੋਡ ਸ਼ੋਅ 'ਤੇ ਆ ਗਏ ਫਿਰ 3 ਮਹੀਨਿਆਂ 'ਚ ਰਿਜੈਕਟ ਕਰਤਾ ਅਸੀਂ ਆਖਿਆ ਵੀ ਅਸੀਂ 46 ਦਾ ਦਿੱਤਾ ਇੱਕ ਸਾਲ 'ਚ ਕਿ 46,000 ਕਰੋੜ ਰੁਪਏ ਨਹੀਂ ਅਸੀਂ ਬੋਰਿੰਗਸ ਲਵਾਂਗੇ ਤੁਸੀਂ ਕਹਿ ਰਹੇ ਹੋ ਅਸੀਂ 55,000 ਕਰੋੜ ਰੁਪਏ ਦੀਆਂ ਬੋਰਿੰਗਸ ਯਾਨੀ ਕਿ 9,000 ਕਰੋੜ ਰੁਪਇਆ ਤੁਸੀਂ ਐਕਸੈਸ ਕਰਜ਼ਾ ਹੁਣ ਮਾਣੇ ਤਾਂ ਆਪਦੇ ਬਜਟ 'ਚ ਦੱਸਿਆ ਕਿ ਅਸੀਂ ਲਵਾਂਗੇ ਲੈ ਸਕਦੇ ਹਾਂ ਪੰਜਾਬ ਦਾ ਨਵਾਂ ਬਜਟ ਆਇਆ ਹੈ ਅਤੇ ਇਸ ਵਾਰ ਅਸੀਂ ਸਾਰੇ ਸੈਸ਼ਨ ਨਾਲ ਜੁੜੇ ਹੋਏ ਸੀ ਦੇਖ ਰਹੇ ਸੀ ਅਤੇ ਦੇਖ ਕੇ ਬੜਾ ਮਜ਼ਾ ਆਇਆ ਕਿਸ ਤਰ੍ਹਾਂ ਵਿਧਾਇਕ ਅੰਦਰ ਗੱਲਾਂ ਕਰਦੇ ਨੇ ਸੈਸ਼ਨ ਖਤਮ ਹੋਇਆ ਅਤੇ ਹੁਣ ਅਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਣਾ ਬੈਠਦੇ ਹਾਂ ਸਰ ਤੁਸੀਂ ਸੁਣਿਆ ਬਹੁਤ ਆਵਾਜ਼ਾਂ ਚੁੱਕੀਆਂ ਦੇਖਿਆ ਵੀ ਹੈਗਾ ਕਿ ਅੱਜ ਸੱਤਾਧਾਰੀ ਪਾਰਟੀ ਵਾਲੇ ਵਿਧਾਇਕ ਮਹਿਸੂਸ ਕਰ ਰਹੇ ਨੇ ਕਿ ਤੁਸੀਂ ਜ਼ਿਆਦਾ ਟਾਈਮ ਲੈ ਲਿਆ ਨਹੀਂ ਨਹੀਂ ਮਰਜ਼ੀ ਐਸੀ ਕੋਈ ਗੱਲ ਨਹੀਂ ਉਲਟਾ ਟਾਈਮ ਦਿੱਤਾ ਨਹੀਂ ਗਿਆ ਜਿੰਨਾ ਟਾਈਮ ਓਪੋਜੀਸ਼ਨ ਦਾ ਬਣਦਾ ਸੀ ਉਸ ਤੋਂ ਵੀ ਘੱਟ ਤੁਸੀਂ ਦੇਖਿਆ ਹੋਣਾ ਕਿ ਗਵਰਨਰ ਐਡਰੈਸ 'ਤੇ ਸਾਨੂੰ ਨੈਕਸਟ ਡੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਬਿਕੋਜ਼ ਉਹਨਾਂ ਨੇ ਤਿਰੰਗਾ ਯਾਤਰਾ 'ਤੇ ਕੁੱਲੂ ਜਾਣਾ ਸੀਗਾ ਐਂਡ ਅਸੀਂ ਆਪਦੇ ਵਕਤਾਵਾਂ ਦੇ ਨਾਮ ਵੀ ਲਿਖ ਕੇ ਭੇਜੇ ਬਾਜਵਾ ਸਾਹਿਬ ਨੇ ਪਰ ਉਹਨਾਂ ਨੇ ਕਿ ਸਾਡੀ ਅਨਸੁਣੀ ਕਰਦਿਆਂ ਹੋਇਆਂ ਹਾਲਾਂਕਿ ਡਿਸਕਸ਼ਨ ਤੋਂ ਬਾਅਦ ਲਾਸਟ ਦੇ ਵਿੱਚ ਮਾਨ ਸਾਹਿਬ ਨੇ ਬੋਲਣਾ ਸੀ ਫਿਰ ਉਸ ਦਿਨ ਸਾਰਾ ਦਿਨ ਕੋਈ ਬਿਜ਼ਨਸ ਹੀ ਨਹੀਂ ਸੀਗਾ ਬਿਕੋਜ਼ ਆਫ ਦੈਟ ਵਿਜ਼ਿਟ ਟੂ ਕੁੱਲੂ ਕਰਕੇ ਉਹ ਪਹਿਲਾਂ ਨਿਕਲ ਗਏ ਔਰ ਹਮੇਸ਼ਾ ਹੀ ਅਸੀਂ ਈਵਨ 0 ਆਰ 'ਚ ਵੀ ਆਪਦੀ ਗੱਲ ਕਰਨੀ ਚਾਹੁੰਦੇ ਹਾਂ ਤਾਂ ਸਾਡੇ ਨਾਲ ਥੋੜ੍ਹਾ ਵਿਤਕਰਾ ਹੁੰਦਾ ਹੈ ਈਵਨ ਤੁਸੀਂ ਦੇਖਿਆ ਕੱਲ੍ਹ ਅਸੀਂ ਰੌਲਾ ਪਾਇਆ ਕਿ ਕੈਮਰਾਜ਼ ਵੀ ਸਾਡੇ 'ਤੇ ਫੋਕਸ ਨਹੀਂ ਹੁੰਦੇ ਉਹ ਕੱਲ੍ਹ ਸਾਨੂੰ ਪਤਾ ਲੱਗਿਆ ਕਿਉਂਕਿ ਪਬਲਿਕ ਨੇ ਰੌਲਾ ਪਾਇਆ ਪਬਲਿਕ ਸਭ ਜਾਣ ਲੱਗ ਪੈਂਦੀ ਹੈ ਕਿ ਉਹਨਾਂ ਦਾ ਜਿਹੜਾ ਵਿਧਾਇਕ ਹੁੰਦਾ ਉਹ ਤਾਂ ਬਿਲਕੁਲ ਉਹਦੇ 'ਤੇ ਫੋਕਸ ਹੁੰਦਾ ਹੈ ਮੈਨੂੰ ਲੋਕਾਂ ਨੇ ਦੱਸਿਆ ਕਿ ਜੋ ਤੁਸੀਂ ਬੋਲ ਰਹੇ ਸੀ ਤਾਂ ਅਸੀਂ ਥੋੜ੍ਹੀ ਆਵਾਜ਼ ਤੋਂ ਅੰਦਾਜ਼ਾ ਲਾਇਆ ਕਿ ਤੁਸੀਂ ਬੋਲ ਰਹੇ ਹੋ ਪਰ ਚਲੋ
ਸਰਕਾਰ ਚ ਚੱਲਦਾ ਹੈ। ਇਹ ਤੁਹਾਨੂੰ ਪਤਾ ਹੋਏਗਾ ਸਰਕਾਰ ਵਿੱਚ ਬਹੁਤ ਦੇਰ ਰਹੇ ਹੋ ਤੁਸੀਂ। ਹਾਂ ਨਹੀਂ ਬਹੁਤ ਦੇਰ ਤਾਂ ਨਹੀਂ ਰਹੇ, 5 ਸਾਲ ਰਹੇ, ਲੇਕਿਨ ਮੈਂ ਸਮਝਦਾ ਕਿ ਨਵੇਂ ਰੀਤੀ ਰਿਵਾਜ਼ ਬਣਾਉਣੇ ਚਾਹੀਦੇ ਹੈ। ਬਹੁਤ ਸਾਰੇ ਕੰਮ ਜਿਹੜੇ ਅਸੀਂ ਨਹੀਂ ਕਰ ਸਕੇ, ਬਿਲਕੁਲ ਲਾਈਵ ਜਿਹੜਾ ਦਿਖਾਇਆ ਜਾਂਦਾ ਹੈ, ਚੰਗੀ ਗੱਲ ਹੈ। ਅਸੀਂ ਵੀ ਕਿਹਾ ਸੀ ਕਿ ਲਾਈਵ ਫਰਕ ਪਿਆ ਪਿਛਲੇ ਜੋ ਸੈਸ਼ਨਸ ਔਰ ਇਸ ਸੈਸ਼ਨ ਵਿੱਚ ਕੁਝ ਫਰਕ ਪਿਆ ਲਾਈਵ ਹੋਣ ਦੇ ਨਾਲ, ਕੀ ਵਿਧਾਇਕ ਤੇ ਰਿਸਪੋਨਸਿਬਿਲਟੀ ਜ਼ਿਆਦਾ ਸੀ ਕੁਝ? ਨਹੀਂ ਥੋੜ੍ਹਾ ਮੇਰੇ ਖਿਆਲ ਲੋਕਾਂ ਦੇ ਮਨ 'ਚ ਇਹ ਸੀਗਾ ਕਿ ਲਾਈਵ ਹੋ ਰਿਹਾ ਤਾਂ ਸ਼ਾਇਦ ਮੈਂ ਵੀ ਉੱਠ ਕੇ ਆਪਦੀ ਗੱਲ ਕਹਾਂ, ਲੋਕ ਇਹ ਨਾ ਕਹਿਣ ਕਿ ਸਾਡਾ ਵਿਧਾਇਕ ਸੁੱਤਾ ਪਿਆ। ਇਹ ਇਹਦੇ 'ਚ ਇਨੀਸ਼ੀਏਟਿਵ ਮੈਨੂੰ ਲੱਗਿਆ। ਅਦਰਵਾਈਜ਼ ਕੀ ਹੁੰਦਾ ਸੀ, ਪੁਰਾਣੇ ਸਮੇਂ ਦੇ ਵਿੱਚ ਕਈ ਲੋਕ ਬਿਨਾਂ ਬੋਲੇ ਸੁੱਚੇ ਮੂੰਹ ਹੀ ਮੁੜ ਜਾਂਦੇ ਸਨ, ਲੇਕਿਨ ਸ਼ਰਾਰਤਾਂ ਉਹੀ ਰਹੀਆਂ। ਸ਼ਰਾਰਤਾਂ ਤਾਂ ਬਹੁਤ ਘੱਟ ਹੋ ਗਈਆਂ, ਇਸ ਵਾਰੀ ਪੱਗਾਂ ਨਹੀਂ ਲੱਥੀਆਂ, ਕਿਸੇ ਨੂੰ ਚੁੱਕ ਕੇ ਬਾਹਰ ਨਹੀਂ ਸੁੱਟਿਆ ਗਿਆ। ਸੋ ਕਾਫੀ ਡਿਸਿਪਲਿਨ ਪਹਿਲਾ ਸੈਸ਼ਨ ਹੈ, ਪਹਿਲਾ ਕਾਫੀ ਡਿਸਿਪਲਿਨ ਸੀ, ਅਸੀਂ ਨਾ ਡਿਸਿਪਲਿਨ ਕਦੇ ਦੇਖਿਆ ਨਹੀਂ ਹੈਗਾ। ਡਿਸਿਪਲਿਨ ਕੀ, ਹਰ ਬੰਦਾ ਕਹਿੰਦਾ ਕਿ ਫਲਾਂ, ਹਰ ਬੰਦਾ ਪੁਰਾਣੀ ਸਰਕਾਰ ਨੂੰ ਕੋਸਣ ਦੀ ਗੱਲ ਕਰਦਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ। ਮੈਨੂੰ ਨਹੀਂ ਲੱਗਦਾ ਕਿਸੇ ਵੀ ਵਿਅਕਤੀ ਨੇ ਇਹ ਗੱਲ ਨਹੀਂ ਕਹੀ ਹੋਵੇ ਪੁਰਾਣੀਆਂ ਸਰਕਾਰਾਂ, ਹਾਲਾਂਕਿ ਬਿਲਕੁਲ ਨੈਚੁਰਲੀ ਜ਼ਿੰਮੇਦਾਰੀ ਬਣਦੀ ਹੈ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਰਹੀਆਂ। ਕਈਆਂ ਨੇ ਇਹ ਵੀ ਕਹਿ ਦਿੱਤਾ ਗਿਆ ਕਿ 70 ਸਾਲ 'ਚ ਕੁਝ ਨਹੀਂ ਹੋਇਆ, ਫਿਰ ਉਹਨਾਂ ਦੇ ਵਿਧਾਇਕ ਨੇ ਇਹ ਗੱਲ ਕਹੀ ਕਿ 70 ਸਾਲ 'ਚ ਆਹ ਬਣਿਆ, ਆਹ ਬਣਿਆ, ਆਹ ਬਣਿਆ, ਆਹ ਬਣਿਆ। ਇਹ ਮੈਂ ਸਮਝਦਾ ਕਿ ਇਹ ਬੰਦ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ। ਵਿਧਾਨ ਸਭਾ ਦੇ ਅੰਦਰ ਫਰੂਟਫੁੱਲ ਡਿਸਕਸ਼ਨ ਹੋਣੀ ਚਾਹੀਦੀ ਹੈ, ਬਿਲਕੁਲ ਜਿਹੜੀਆਂ ਮਗਰ ਅਸੀਂ ਰੀਤੀ ਰਿਵਾਜ਼ ਨਹੀਂ ਬਣਾ ਪਾਏ ਉਹ ਹੁਣ ਵਾਲੀ ਸਰਕਾਰ ਨੂੰ ਬਣਾਉਣੇ ਚਾਹੀਦੇ ਹੈ। ਬਿਲਕੁਲ ਕਿਸੇ ਦੀ ਫਾਲਤੂ ਨਿੰਦਾ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਰੀਜ਼ਨ ਹੀ ਨਹੀਂ ਹੈ। ਬਹੁਤ ਸਾਰੇ ਸੁਝਾਅ ਤੁਹਾਡੇ ਕੋਲ ਨਿਕਲ ਕੇ ਆਉਂਦੇ ਨੇ ਜੇ ਤੁਸੀਂ ਓਪੋਜੀਸ਼ਨ ਦੀ ਸੁਣਦੇ ਹੋ, ਅਤੇ ਕਈ ਸਕੀਮਸ ਸਾਹਮਣੇ ਵਾਲਾ ਜਦੋਂ ਤੁਹਾਨੂੰ ਦਿੰਦਾ ਹੈ ਉਹਨੂੰ ਕੀ ਫਰਕ ਪੈਂਦਾ ਕਿ ਵਿਧਾਨ ਸਭਾ 'ਚ ਤੁਸੀਂ ਓਪੋਜੀਸ਼ਨ ਨੂੰ ਟਾਈਮ ਦਿੱਤਾ, ਯੂ ਆਰ ਲਿਸਨਿੰਗ ਓਪੋਜੀਸ਼ਨ, ਮਾਈਟ ਬੀ ਕੋਈ ਚੰਗਾ ਸੁਜੈਸ਼ਨ ਆ ਗਿਆ, ਅਤੇ ਜੇ ਤੁਸੀਂ ਉਸ ਸਕੀਮ 'ਚ ਇੰਪਲੀਮੈਂਟ ਕਰਤਾ ਆਈਦਰ ਇਨ ਯੋਰ ਬਜਟ ਔਰ ਇਨ ਯੋਰ ਸਕੀਮ, ਤਾਂ ਉਹਦਾ ਤੁਹਾਨੂੰ ਫਾਇਦਾ ਕਿੰਨਾ ਹੋਣ ਵਾਲਾ ਹੈ? ਬਿਲਕੁਲ ਅਸੀਂ ਉਮੀਦ ਰੱਖਦੇ ਸੀਗੇ ਕਿ ਸਾਡੇ ਸੁਝਾਅ ਸੁਣੇ ਜਾਣ ਕਈ ਵਾਰੀ, ਬਟ ਉਹ 5 ਸਾਲ ਤੁਹਾਡੀ ਆਪਣੀ ਸਰਕਾਰ ਵਿੱਚ ਰਹਿ ਕੇ ਨਹੀਂ ਸੁਣੇ ਕਿ ਤੁਸੀਂ ਉਹੋ ਜਿਹੇ ਮੁੱਦੇ ਕਰ ਰਹੇ ਸੀ, ਕਿਉਂਕਿ ਜਿਹੜੀ ਸਰਕਾਰ 3 ਮਹੀਨੇ ਪਹਿਲਾਂ ਹੀ ਪਾਰਟੀ ਹੱਟੀ ਹੋਏ ਉਸ ਤੋਂ ਇਹੋ ਜਿਹੇ ਸੁਝਾਅ ਆਉਣੇ ਲੱਗਦਾ ਸੀ ਕਿ ਮਤਲਬ ਕਮਾਲ ਹੈ, ਤੁਸੀਂ ਤਾਂ ਹੁਣੇ ਸੱਤਾ ਵਿੱਚ, ਤੁਸੀਂ ਮੁੱਦਾ ਉਹ ਚੁੱਕ ਰਹੇ ਹੋ ਜਿਹੜਾ 15 ਸਾਲ ਪੁਰਾਣਾ ਹੈ, ਜਿਵੇਂ ਸਫੈਦੇ ਪੇੜਾਂ ਦਾ ਆਇਆ, ਇਹ ਤਾਂ 20 ਸਾਲ ਤੋਂ ਸਫੈਦੇ ਲਾਏ ਗਏ, ਫਿਰ ਉਹਨਾਂ ਨੂੰ ਪਾਣੀ ਕਾਂਗਰਸ ਸਰਕਾਰ ਨੇ ਵੀ ਪਾਇਆ, ਤਾਂ ਹਟਾਉਣ ਦੀ ਗੱਲ ਹੈ। ਮੈਂ 3 ਮਹੀਨਿਆਂ ਬਾਅਦ ਉਮੀਦ ਰੱਖੀ ਜਾ ਰਹੀ ਕਿ ਆਪ ਸਰਕਾਰ ਹਟਾ ਦੇਗੀ। ਸੋ ਕਿੱਥੇ ਉਹ ਵੀ ਨਜ਼ਰ ਆ ਰਿਹਾ ਸੀਗਾ ਕਿ ਵੀ ਦਿਖ ਰਿਹਾ ਸੀ ਕਿ ਜਿਹੜੇ ਪਿਛਲੇ 5 ਸਾਲ ਨੇ ਉਹਨਾਂ ਵਿੱਚ ਕਿੰਨਾ ਕਾਂਗਰਸੀਆਂ ਦੀ ਆਵਾਜ਼ ਵੀ ਆਪ ਦੱਬੀ ਗਈ ਹੈ। ਤੁਸੀਂ ਦੇਖਿਆ ਹੋਣਾ, ਅਸੀਂ ਆਪਦੀ ਇਸ ਸਰਕਾਰ ਦੇ ਖਿਲਾਫ਼ ਵੀ ਗੱਲ ਕਰਦੇ ਸੀ, ਹਾਲਾਂਕਿ ਇਹ ਕਿਸੇ ਸਰਕਾਰ ਦੇ ਵਿੱਚ ਹੋਰ ਕਿਸੇ ਮੈਂਬਰ ਨੂੰ ਇਜਾਜ਼ਤ ਨਹੀਂ ਹੈ ਕੋਈ ਵੀ ਵਿਅਕਤੀ ਆਮ ਆਦਮੀ ਪਾਰਟੀ ਤੋਂ ਖੜ੍ਹਾ ਹੋ ਕੇ ਸਰਕਾਰ ਦੇ ਖਿਲਾਫ਼ ਜਾਂ ਮੁੱਖ ਮੰਤਰੀ ਦੇ ਖਿਲਾਫ਼ ਆਵਾਜ਼ ਨਹੀਂ ਚੁੱਕ ਸਕੇਗਾ, ਨਾ ਹੀ ਅਕਾਲੀ ਦਲ ਦੀ ਪਾਰਟੀ 'ਚ ਹੈ, ਨਾ ਹੀ ਬੀਜੇਪੀ 'ਚ ਹੈ। ਕਾਂਗਰਸ ਦੇ ਸਮੇਂ ਸਾਨੂੰ ਇਹ ਇਜਾਜ਼ਤ ਸੀਗੀ, ਈਵਨ ਕਈ ਲੋਕ ਜਿਹੜੇ ਆਮ ਆਦਮੀ ਪਾਰਟੀ ਤੋਂ ਇੱਧਰ ਆਏ ਉਹ ਕਹਿੰਦੇ ਸਾਨੂੰ ਇਹ ਲੱਗਦਾ ਸੀ ਕਿ ਸਾਡੇ ਮੂੰਹ 'ਤੇ ਬਿਲਕੁਲ ਫੜਿਆ ਹੋਇਆ, ਕਿਸੇ ਨੇ ਕੋਈ ਪੰਜਾਬੀ 'ਚ ਕਹਿੰਦੇ ਕਿ ਛਿਕਲਾ ਚੜ੍ਹਾਇਆ ਹੋਇਆ, ਅਸੀਂ ਬੋਲ ਨਹੀਂ ਸਕਦੇ ਬਿਨਾਂ ਇਜਾਜ਼ਤ ਤੋਂ। ਲੇਕਿਨ ਕਾਂਗਰਸ ਪਾਰਟੀ 'ਚ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਗਰ ਕਿਸੇ ਖਿਲਾਫ਼ ਵੀ ਕੋਈ ਗੱਲ ਹੈ ਤਾਂ ਤੁਸੀਂ ਚੁੱਕ ਸਕਦੇ ਹੋ। ਮੈਂ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਐਕਸਾਈਜ਼ ਪੋਲਿਸੀ, ਮਾਈਨਿੰਗ ਪੋਲਿਸੀ 'ਤੇ ਖੜ੍ਹੇ ਹੋ ਕੇ ਗੱਲ ਕਹੀ। ਮੈਂ ਤਾਂ ਇਹੀ ਕਹਿੰਦਾ ਰਿਹਾ ਕਿ ਇਹ ਤੁਸੀਂ ਇਤਿਹਾਸ ਦੇ ਵਿੱਚ ਜਿਵੇਂ ਪਾਣੀਆਂ ਦਾ ਫੈਸਲਾ ਲਿਆ ਸੀ ਇਹ ਕਰ ਜਾਓ ਕਿ ਮੈਂ ਰੇਤ ਫਰੀ ਦਿਆਂਗਾ, 2005 'ਚ ਰੇਤ ਫਰੀ ਹੁੰਦਾ ਸੀ। ਸੋ ਐਕਸਾਈਜ਼ ਦੇ ਵਿੱਚ ਜਦੋਂ ਕਾਫੀ ਵੱਡਾ ਰੌਲਾ ਪਿਆ 2005 ਵਿੱਚ ਹੋਇਆ ਸੀ, ਤੁਹਾਨੂੰ ਯਾਦ ਹੈ, ਇਸ ਲਈ ਕਿ ਵੀ ਰੇਤਾ ਫਰੀ ਹੈ, ਚੀਫ ਸੈਕਟਰੀ ਨਾਲ ਰੌਲਾ ਪੈ ਗਿਆ। ਚਲੋ ਐਕਸਾਈਜ਼ ਪਾਲਿਸੀ ਸ਼ੁਰੂ ਕਰਦੇ ਹਾਂ, ਤੁਸੀਂ ਕਾਫੀ ਮੁੱਦੇ ਚੁੱਕੇ ਕਿ ਇਹਦੇ ਨਾਲ ਸ਼ਰਾਬ ਦੀਆਂ ਦੁਕਾਨਾਂ ਵੱਧ ਜਾਣਗੀਆਂ, ਪਰ ਜੇ ਪਾਲਿਸੀ ਵਿੱਚ ਦੇਖਿਆ ਜਾਏ ਤਾਂ ਉਹੀ ਕਹਿ ਰਿਹਾ ਕਿ 6,000 ਪਹਿਲਾਂ ਸੀ ਤੇ ਹੁਣ ਵੀ 6,000 ਹੀ ਰਹਿਣਗੇ, ਵਧਾਉਣ ਦੀ ਗੱਲ ਤਾਂ ਨਹੀਂ ਹੋ ਰਹੀ ਹੈ। ਦੇਖੋ ਕੀ ਹੋਇਆ, ਕੀ ਵਧਾਉਣ ਦੀ ਗੱਲ ਨਹੀਂ ਹੋ ਰਹੀ, ਦੁਕਾਨਾਂ ਵਧਾਉਣ ਦੀ, ਇਹ ਦੁਕਾਨਾਂ ਵਧਾਉਣ ਦੀ ਗੱਲ ਪਾਲਿਸੀ ਦੇ ਵਿੱਚ ਹੈ ਨਿਮਰਤ ਜੀ। ਵਾਟ ਹੈਪਨ ਕਿ ਇਹਨਾਂ ਨੇ ਕਿਹਾ ਕਿ ਅਸੀਂ 56% ਇਨਕਰੀਜ਼ ਕਰਾਂਗੇ, 6,200 ਕਰੋੜ ਰੁਪਏ ਪਿਛਲੀ ਵਾਰੀ ਤੁਹਾਨੂੰ ਆਇਆ ਹੈ, ਅਸੀਂ 9,600 ਕਰੋੜ ਰੁਪਏ ਦੇ ਲੈ ਕੇ ਆਵਾਂਗੇ। ਸੋ ਜਦੋਂ ਤੁਸੀਂ ਪਾਲਿਸੀ ਦੇ ਵੱਲ ਨਜ਼ਰ ਮਾਰੋਗੇ ਕੋਈ ਚੰਗੀ ਗੱਲ ਹੈ, ਅਗਰ 9,600 ਕਰੋੜ ਰੁਪਇਆ ਰੈਵੀਨਿਊ ਪੰਜਾਬ ਨੂੰ ਆਏਗਾ ਤਾਂ ਬਹੁਤ ਚੰਗੀ ਗੱਲ ਹੈ, ਕੋਈ ਇਹਦਾ ਨੁਕਸਾਨ ਨਹੀਂ ਹੈ। ਪਰ ਅੱਜ ਕੀ ਹੋਇਆ, ਹਾਈਕੋਰਟ ਦੇ ਵਿੱਚ ਉਹ ਪਾਈ ਵੀ ਹੈ, ਅਪ ਹੋਲਡ ਹੋਈ ਹੈ, ਹਜੇ ਤੱਕ ਉਹ ਨੋਟਿਸ ਹੋਇਆ। ਐਂਡ ਉਹਦੇ 'ਚ ਫਰਕ ਕੀ ਹੈ, ਇਹਨਾਂ ਨੇ ਪਹਿਲਾਂ ਇੱਕ
7 करोड़ रुपए का एक यूनिट हुंदा सीगा, हुण इन्हां ने वो 30 करोड़ रुपए का बनाता। एक इन्होंने L1 बनाता जिहदी 4 करोड़ रुपया हुण 9 महीने की फीस रखी, अदरवाइज 12 महीनों की उहदी 5 करोड़ है। कंपनी उहदे तों ही माल लै सकती है, कंपनी उहनूं ही माल दे सकती है एंड उही अगे दे सकदा। वो पहला 5% लैंदा सी, हुण उहने 10% करता। वड्डियां कंपनियां इहदे विच आउणियां एंड इहदे विच लोचा की है, दारू अगे 42 लाख बॉक्सिस साढ़े साल दे, मैनू लगता कि लगते सन पंजाब दे अंदर इंग्लिश जड़ी दारू हैगी है। हुण इन्होंने कोटा सिस्टम खत्म करता बिल्कुल, नाउ देयर इज अ कोटा उड़ा ही दिता। हुण इहदा मतलब जां तां दारू लोग जिन्नी मर्जी दारू पीन। अच्छा, दूसरा इहदे ते निमरत जी एक मिनट, बहुत वड्डी तुसीं गल पुछी आ एंड जनता नूं इह दसणी जरूरी है। कोटा जदों कोटा निर्धारित नहीं किया फिर ये दारू बाहर जाएगी, समगल होएगी, फिर जो समगल होएगी दूजिया स्टेट्स नूं, क्योंकि पीने वाले तो होने ही है पंजाब दे विच, थोड़ा मोटा होर वध जाएगा, ज़्यादा पी लेंगे सस्ती करके, समगल होएगी, जो समगल होएगी तो क्राइम वधेगा, होर पैसा कितों आना है। अदरवाइज 42 लाख बंदा जिहड़ा बॉक्सिज है उन्होंने हुण कल नूं 100 लाख जे करते हैं फिर वो 100 लाख कंज्यूम कितने होएगा। एक दूसरा इन्होंने की किया है, नहीं इतने पहले तो एक पॉइंट खत्म करते हैं, जे अज तक पंजाब वाले लोग चंडीगढ़ आके शराब खरीदते से या हरियाणा जाके सस्ती सी, जे हरियाणा वाले आके पंजाब चो खरीदन सानू की बना, जे साड़ी पंजाब की शराब सस्ती होंगी है वो इतों खरीद के आते। दूजे तुम आप इस गल का हूँ यदा असी कुछ कह नहीं सकते, बट नवजोत सिद्धू भी कहते थे कि इतने 75-25 की सांझ है, ठीक है, इत्थे शराब माफिया है, जिहड़ी शराब अज जिहड़ा इनकम है वो इसलिए घट है क्योंकि हर चीज़ नंबर नहीं सी। ईमानदारी का एक वेरिएबल पहली बारी असी मैथ्स की बजट विच देखिया हैगा, ठीक है ना, कि ईमानदारी वेरिएबल हैगा। और तुसी ये आप मानते सी कि तुसी तदी कैप्टन अमरिंदर नूं पार्टी तो मुख्यमंत्री की कुर्सी तो उतारन की तुसी ही योग अगे आए सारे कि ईमानदारी मिसिंग है, तो फिर जे है उस ईमानदारी नाल पंजाब दे बजट नूं फायदा दिंदे तो फिर प्रॉब्लम की है। नहीं नहीं नहीं, ईमानदारी नाल देन मैं स्वागत करदा, अगर 96 करोड़ रुपया रेवन्यू आया। अज की होया तुहानूं पता है कि जिन्नियां शॉप सीगियां हुण इन्हां ने ऑक्शन की 42% माल बिकया, दूजा माल ही नहीं बिकया, हुण इह 5% उहनूं घटा के वेचण की कोशिश कर रहे हैं, यानी कि 42 की दूसरा सारा जिहड़ा माल हैगा वह बिकया ही नहीं, हुण 5% घटा के उन्होंने टेंडर लाने की कोशिश कर रहे हैं। साढ़े समय विंडस खोलन की इजाजत नहीं सी, 100-150 ठेका घट जाता सीगा, हुण इन्होंने करता कि तुसी 175 ग्रुप ने पंजाब च, एक ग्रुप 10 विंड खोल सकता है, यानी कि 175 मल्टीप्लाई बाय 10 करोंगे तो 1700 नवीं दुकान पंजाब के अंदर नवीं खुल सकदियां। जितों तक तुसी कहा भी हरियाणा के लोग, हुण हरियाणा के लोग कोई आया है हरियाणा का 2 बोतलां लै जाए कोई दिक्कत नहीं है, 4 लै जाए, लेकिन जे ट्रक का ट्रक फिर तो तुसी रेवेन्यू जिन्ना मर्जी वधा दिओ। जे तुसी कोटा फिक्स नहीं करोगे, तुसी ये कहो फिर असी भी जिहड़ी पंजाब की दारू असी हरियाणा च भी वेचांगे, असी हिमाचल च भी वेचांगे, असी होर अदर स्टेट नूं गुजरात नूं भी इत्थों कर देंगे, तो नैचुरली रेवेन्यू वधजूगा। तुसी खुला करता, देर इज़ नो कोटा, तुसी पंजाब च जिन्ना पंजाबी पीण वाला दारू है कोटा तो उन्ना ही फिक्स होना चाहिए। जो कंपनियां, मैं स्टडी नहीं किया, मैं तुहानूं तो पूछ रही हूँ, बिकॉज तुसी बड़ी इन डेप्थ जब स्टडी की थी कि पंजाब चंडीगढ़ का कोटा फिक्स है, बिकॉज चंडीगढ़ पहला साडा कोटा फिक्स होंदा सीगा ऑलरेडी, चंडीगढ़ विच अनलिमिटेड आंदी है, चंडीगढ़ भी ताजी तो बाहर जाती सी समगल, इतों की दारू जिथे मर्जी चली जाती है। सो जे कोई चंडीगढ़ तो खरीद के जाता है, बट साडे देसी दारू दा देर इज अ कोटा फिक्स। देसी दौरा की समगलिंग जिम्मे असी सुनी है, जिम्मे मतलब सुनिया कि कुछ यहोजे MLA रहे हैं जिन्होंने अपने नाम की दारू पजा के पिंडा पिंडा में वेची है, यहोजे काम भी हुए हैं, सानू यहोजे MLA का भी पता है जो मतलब जो देसी दारू तो उन्होंने तो भी हफ्ता लेंदे, सो तदी लोगों ने हराया, तदी लोगों ने हराया उन्होंने लोग MLA नु खत्म करता है। हफ्ता तो नहीं कोई लेंदा होना, लेकिन जी तुसी गल कहने तुसी जोड़ी गल कहने, मैं उस गल ना भी मानता है किसी ने कोई दारू बना के वेची होनी है, वो कार्रवाई होनी चाहिए, वह तो दारू हमेशा तो कोई अज की नहीं, बथेरिया ऐसे लूपोल्स है जिथे ये काम हुंदा रहिंदा है। पर मेरी कहन तो मतलब यह है कि एक तो 1700 दुकान नवी खुल जाएगी, एक मैनू लगता है किसी व्यक्ति की डिमांड नहीं सी दारू सस्ती, इन्होंने कहा कि असी बजट 27% औरतों तो बजट लिया, कोई औरत मैं पिंडा च संगरूर दे जाके पूछा कि तुम दारू, कहिंदे सानू तेल सस्ता कर दिंदा, होर कोई चीज़ सस्ती कर देंगे, सानू तुसी दारू सस्ती देनी, दारू वध जदों बंदा सस्ती होकर पी के आऊगा करे कलेश करेगा।
ਐਂਡ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਚੀਜ਼ ਨੂੰ ਰੈਵਨਿਊ ਦੇ ਨਾਲ ਹਾਂ ਠੀਕ ਹੈ ਰੈਵਨਿਊ ਵਧਾਓ ਨੋ ਪ੍ਰੋਬਲਮ ਤੁਸੀਂ ਬੜੀ ਇੰਟਰਸਟਿੰਗ ਗੱਲ ਕਹੀ ਕਿ ਸਾਰੀਆਂ ਚੀਜ਼ਾਂ ਤੇ ਪੁਰਾਣੀਆਂ ਨੇ ਬਸ ਜਿਵੇਂ 올ਡ ਵਾਈਨ ਇਨ ਨਿਊ ਬੋਟਲ ਹਾਂ ਹੁਣ ਪ੍ਰੋਬਲਮ ਇਹ ਹੈ ਕਿ ਜਿਹੜੀ ਬੋਟਲ ਕਾਂਗਰਸ ਨੇ ਬਣਾਈ ਸੀਗੀ ਭਾਵੇਂ ਤੁਸੀਂ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਤੁਸੀਂ ਰੇਸਾ ਸਸਤਾ ਕੀਤਾ ਲੋਕਾਂ ਨੇ ਉਸ ਬੋਟਲ ਨੂੰ ਰਿਜੈਕਟ ਕੀਤਾ ਹੈ ਇਹ ਬੋਟਲ ਲੋਕਾਂ ਦੀ ਚੁਣੀ ਹੋਈ ਹੈਗੀ ਇਹ ਲੋਕਾਂ ਨੇ ਸੋ ਉਹਨੂੰ ਆਪਣੀ ਡੂ ਯੂ ਨੋ 5 ਸਾਲ ਬਾਅਦ ਰਿਜੈਕਟ ਕੀਤਾ ਸਾਡਾ 2.5 ਸਾਲ ਬਾਅਦ ਚੁਣਾਵ ਅਸੀਂ ਲੜੇ ਸੀ ਪਾਰਲੀਮੈਂਟ ਦਾ ਸੁਨੀਲ ਜਾਖੜ ਚੁਣਾਵ ਲੜੇ ਅਮਰਿੰਦਰ ਸਿੰਘ ਗਵਰਨਮੈਂਟ 'ਚ ਆਏ ਸੀ ਲੋਕਾਂ ਨੂੰ ਮਿਲਦੇ ਨਹੀਂ ਸੀ ਲੋਕ ਕਹਿੰਦੇ ਸੀ ਗੁਰਦਾਸਪੁਰ ਦਾ ਚੁਣਾਵ ਹੋਏ ਇੱਕ ਦਿਨ ਅਮਰਿੰਦਰ ਸਿੰਘ ਰੋਡ ਸ਼ੋਅ 'ਤੇ ਗਏ ਐਂਡ ਅਸੀਂ 2 ਲੱਖ ਅਗਰ ਤੁਸੀਂ ਇਹ ਗੱਲ ਕਹਿੰਦੇ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ 3 ਮਹੀਨਿਆਂ ਦੀ ਸਰਕਾਰ ਨੇ 7 ਦਿਨ ਆਦਰਣੀ ਭਗਵੰਤ ਮਾਨ ਸਾਹਿਬ ਉੱਥੇ ਰਹੇ ਕੇਜਰੀਵਾਲ ਸਾਹਿਬ ਰੋਡ ਸ਼ੋਅ 'ਤੇ ਆ ਗਏ ਫਿਰ 3 ਮਹੀਨਿਆਂ 'ਚ ਰਿਜੈਕਟ ਕਰਤਾ ਸੋ ਲੁੱਕ ਇਹ ਜੇ ਤੁਸੀਂ ਇਹ ਰਿਜੈਕਟ ਦੀ ਗੱਲ ਕਰੋਗੇ ਅਸੀਂ ਉਹਨਾਂ ਨਾਲੋਂ ਬੈਟਰ ਪਰਫੋਰਮ ਕੀਤਾ ਫਿਰ ਉਹਨਾਂ ਨੂੰ 3 ਮਹੀਨਿਆਂ 'ਚ ਹੀ ਲੋਕਾਂ ਨੂੰ ਰਿਜੈਕਟ ਕਰਤਾ ਔਰ ਸਾਹਮਣੇ ਆਪਸ਼ਨ ਇੱਕ ਬਜ਼ੁਰਗ ਲੀਡਰ 80 ਸਾਲ ਦੇ ਵਿਚਾਰੇ ਅੱਜ ਵੀ ਬਿਮਾਰ ਹੈ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਹੋਸਪਿਟਲ ਐਡਮਿਟ ਨੇ ਲੋਕਾਂ ਨੇ ਗੁੱਸੇ 'ਚ ਘਰ ਆ ਗਏ ਨੇ ਗੁੱਸੇ 'ਚ ਮਾਨ ਸਾਹਿਬ ਨੂੰ ਚੁਣਿਆ ਗੁੱਸੇ 'ਚ ਲੋਕਾਂ ਨੇ ਮਾਨ ਸਾਹਿਬ ਚੁਣ ਲਏ ਗਏ ਤੁਸੀਂ ਮੰਨਦੇ ਹੋ ਕਿ ਇਹ ਮਾਨ ਸਾਹਿਬ ਨੂੰ ਚੁਣਿਆ ਗਿਆ ਕਿ ਇਹ ਸਿੱਧੂ ਮੂਸੇਵਾਲੇ ਨੂੰ ਜੋ ਹਰਾਇਆ ਸੀ ਇੱਕ ਗਿਲਟ ਫੈਕਟਰ ਸੀ ਕਿਉਂਕਿ ਸਿੱਧੂ ਮੂਸੇਵਾਲਿਆਂ ਨੇ ਕਾਂਗਰਸ ਵਿੱਚ ਹੁੰਦੇ ਹੋਏ ਐਸੇ ਗੀਤ ਗਾਏ ਨੇ ਆਖੀਰ ਦੇ ਵਿੱਚ ਆ ਕੇ ਜੋ ਕਾਂਗਰਸ ਦੇ ਖਿਲਾਫ ਜਾਂਦੇ ਨੇ ਆਖੀਰ ਦਾ ਗੀਤ ਤਾਂ ਬਿਲਕੁਲ ਕਾਂਗਰਸ ਦੇ ਖਿਲਾਫ ਜਾਂਦਾ ਹੈ ਕਿਹੜਾ ਕਾਂਗਰਸ ਦੇ ਜਿਹੜਾ ਐਸਵਾਈਐਲ ਹੈ ਜਿਹੜੇ ਐਸਵਾਈਐਲ ਤਾਂ ਆਮਰ ਨਹੀਂ ਹੁਣ ਕਿਉਂ ਗਾਉਣਾ ਪਿਆ ਬਿਕੋਜ਼ ਆਈ ਵਾਸ ਵੈਰੀ ਕਲੋਜ਼ ਟੂ ਸਿੱਧੂ ਮੂਸੇਵਾਲਾ ਫੈਮਿਲੀ ਦੇ ਵੀ ਬਹੁਤ ਨੇੜੇ ਆ ਉਹਨਾਂ ਨੇ ਪਹਿਲਾਂ ਤੁਸੀਂ ਸੁਣਿਆ ਨਹੀਂ ਆਵਾਜ਼ ਸੁਣਦੇ ਹੀ ਉਹਨਾਂ ਨੇ ਪਹਿਲਾਂ ਜਿਹੜੀ ਪਿੱਛੇ ਆਵਾਜ਼ ਆਉਂਦੀ ਹੈ ਉਹ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਾਜ ਸਭਾ ਮੈਂਬਰ ਹੀ ਵਾਸ ਸੇਇੰਗ ਕਿ 2025 'ਚ ਐਸਵਾਈਐਲ ਤੋਂ ਪਾਣੀ ਚੱਲ ਕੇ ਆਏਗਾ ਤੇ ਹਰਿਆਣਾ ਨੂੰ ਅਸੀਂ ਦਵਾਵਾਂਗੇ ਪਰ ਜਿਹੜੇ ਉਹਨੇ ਸ਼ਾਰਟਸ ਲਏ ਜੋ ਉਹਨੇ ਅਸੀਂ ਤੁਹਾਨੂੰ ਪਤਾ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਹ ਜਿਹੜੇ ਸ਼ਾਰਟਸ ਹੈ ਉਹ ਸਿੱਧੂ ਮੂਸੇਵਾਲਾ ਦੇ ਸ਼ਾਰਟਸ ਨਹੀਂ ਉਸ ਤੋਂ ਬਾਅਦ ਦੇ ਸ਼ਾਰਟਸ ਹੈ ਉਹਨੇ ਗਾਣਾ ਲਿਖ ਕੇ ਗਿਆ ਕਿਉਂਕਿ ਜੇ ਸ਼ਾਰਟਸ ਰਿਲੀਜ਼ ਕਰਕੇ ਜਾਂਦਾ ਤਾਂ ਫਿਰ ਉਹ ਸ਼ਾਰਟਸ ਉਹ ਲੈ ਕੇ ਜਾਂਦਾ ਸ਼ਾਰਟਸ ਜਿਹੜਾ ਉਹਨੇ ਗੀਤ ਗਾਇਆ ਸੀ ਆਫਟਰ ਲੂਜ਼ਿੰਗ ਜਿੱਥੇ ਉਹਨੇ ਕਿਹਾ ਸੀ ਕਿ ਵੀ ਪੰਜਾਬ ਦੇ ਵੋਟਰਾਂ ਨੂੰ ਸੁਨੇਹਾ ਭੇਜਿਆ ਸੀਗਾ ਕਿ ਤੁਸੀਂ ਸਿਮਰਨਜੀਤ ਮਾਨ ਤੇ ਬੀਬੀ ਖਾਲੜਾ ਵੀ ਹਰਾਈ ਹੈਗੀ ਹੈ ਸੋ ਮੈਨੂੰ ਲੱਗਦਾ ਜਿਸ ਗੀਤ ਤੇ ਸਾਰੀ ਆਮ ਆਦਮੀ ਪਾਰਟੀ ਨੇ ਬਾਈਕਾਟ ਕੀਤਾ ਸੀ ਜਿਸ ਗੀਤ ਸੁਣਨ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਹੁਣ ਸਿੱਧੂ ਮੂਸੇਵਾਲੇ ਦੀ AK-47 ਵਾਲਾ ਕੇਸ ਦੀ ਇਨਕੁਆਇਰੀ ਸਾਨੂੰ ਕਰਨੀ ਚਾਹੀਦੀ ਹੈ ਚਲੋ ਇਹ ਤਾਂ ਵਿਰੋਧੀ ਤੇ ਦੀ ਪਰ ਮੈਂ ਲੋਕਾਂ ਦੇ ਗੱਲ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਕਿੱਥੇ ਇੱਕ ਅਫਸੋਸ ਵਿੱਚ ਆ ਕੇ ਗਿਲਟ ਵਿੱਚ ਆ ਕੇ ਕਿ ਵੀ ਬਿਕੋਜ਼ ਨੌਜਵਾਨਾਂ ਦੀ ਵੋਟ ਪਈ ਹੈ ਨੌਜਵਾਨ ਉਦਾਸ ਸਨ ਕਿ ਵੀ ਅਸੀਂ ਸਿੱਧੂ ਨੂੰ ਰਿਜੈਕਟ ਕੀਤਾ ਹੈ ਸੋ ਮੇਬੀ ਉਹ ਕਾਰਨ ਵੀ ਹੈ ਪਰ ਜੇ ਰਿਜੈਕਸ਼ਨ ਰੇਟ ਦੇਖੀਏ ਤਾਂ ਅਕਾਲੀ ਦਲ ਸਭ ਤੋਂ ਨੀਚੇ ਭਾਜਪਾ ਦਾ ਫਿਰ ਵੀ ਰਾਈਜ਼ ਆਇਆ ਹੈ ਕਾਂਗਰਸ ਉੱਥੇ ਦੀ ਉੱਥੇ ਖੜੀ ਹੈ ਨਾ ਇੱਧਰ ਮਤਲਬ ਜਿੰਨਾ 5 ਮਿਨਿਸਟਰ ਚਲੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦਾ ਪ੍ਰਧਾਨ ਚਲੇ ਜਾਣ ਤੋਂ ਬਾਅਦ ਬੀਜੇਪੀ 'ਚ ਅਸੀਂ ਆਪਦੀ ਪੋਜੀਸ਼ਨ ਅਵੇਲ ਕਰਨ 'ਚ ਕਾਮਯਾਬ ਰਹੇ ਹਾਂ ਆਲਦੋ ਸਾਡੇ ਕੋਲ ਉੱਥੇ 4 ਹਲਕਿਆਂ ਦੇ ਵਿੱਚ ਬੰਦੇ ਹੀ ਨਹੀਂ ਹੈ ਕੋਈ ਨੁਮਾਇੰਦਗੀ ਕਰਨ ਵਾਲਾ ਵਿਅਕਤੀ ਨਹੀਂ ਸੀਗਾ ਇਮੀਡੀਏਟਲੀ ਇਲੈਕਸ਼ਨ ਆ ਗਿਆ ਸਰਕਾਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੀ ਔਰ ਤੁਸੀਂ ਇਹ ਵੀ ਸਮਝਦੇ ਹੋ ਕਿ ਜੋ ਵਿਅਕਤੀ ਫਿਰ ਜਿੱਤਣ ਵਾਲਾ ਨਾ ਹੋਵੇ ਤਾਂ ਕਈ ਵਾਰੀ ਫਿਰ ਸੱਤਾਧਾਰੀ ਨੂੰ ਸਬਕ ਸਿਖਾਉਣ ਵਾਸਤੇ ਜਿਹੜੀ ਆਮ ਜਨਤਾ ਹੁੰਦੀ ਹੈ ਜਿਹੜੀ ਥੋੜ੍ਹੀ ਐਸੀ ਵੋਟ ਹੁੰਦੀ ਹੈ ਉਹ ਫਿਰ ਅਗਲਾ ਕਹਿੰਦੇ ਕਿ ਨਹੀਂ ਇਹਨਾਂ ਨੂੰ ਸਬਕ ਸਿਖਾਉਣਾ ਹੈ ਬੇਸ਼ੱਕ ਇਹ ਆਪਦੇ ਲੋਕਾਂ ਨੇ ਸੁਨੇਹਾ ਦੇ ਦਿੱਤਾ ਹੈ ਬਟ ਕਮਿੰਗ ਬੈਕ ਟੂ ਦ ਬਜਟ ਤੁਹਾਨੂੰ ਹੋਰ ਕੀ ਇਹਦੇ ਵਿੱਚ ਲੱਗੀਆਂ ਕਿ ਵੀ ਕਮਜ਼ੋਰੀਆਂ ਕੀ ਨੇ ਸੋ ਕਮਜ਼ੋਰੀਆਂ ਤੁਸੀਂ ਆ ਦੇਖੋ ਮੈਂ ਅੱਜ ਅਖਬਾਰ ਦੀ ਕਟਿੰਗ ਵੀ ਲੈ ਕੇ ਆਇਆ ਕਿ 83% ਮੂੰਗ ਪ੍ਰੋਕਿਓਰਡ ਬਿਲੋ MSP 83% ਜਿਹੜੀ ਇਹ ਕਹਿੰਦੇ ਸੀ ਕਿ MSP 'ਤੇ ਅਸੀਂ ਮੂੰਗੀ ਖਰੀਦਾਂਗੇ ਅਤੇ ਕਿਸਾਨਾਂ ਨੂੰ ਮੇਰੇ ਖਿਆਲ ਕਿਸਾਨ ਬਹੁਤ ਨਿਰਾਸ਼ ਹੈਗੇ ਨੇ 200 ਕਰੋੜ ਰੁਪਇਆ ਇਹਨਾਂ ਨੇ ਗੱਲ ਕੀਤੀ ਗਈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਦੇ ਰਹੇ ਹਾਂ ਐਂਡ ਟੀਚਰਸ ਪ੍ਰੋਫੈਸਰਸ ਉਹਨਾਂ ਨੇ ਕਿਹਾ ਕਿ ਨਿਊਜ਼ ਪੇਪਰ 'ਚ ਆਈ ਖਬਰ ਕਿ ਇਹ ਬੇਲ ਆਊਟ ਨਹੀਂ ਹੈ ਅੱਜ ਵੀ ਕੱਲ੍ਹ ਮਾਨ ਸਾਹਿਬ ਨੇ ਬੋਲਦਿਆਂ ਕਿਹਾ ਕਿ ਵਿੱਦਿਆ 'ਤੇ ਕਰਜ਼ਾ ਅਸੀਂ ਉਦੋਂ ਪਹਿਲਾਂ 214 ਕਰੋੜ ਦਿੱਤਾ ਸੀ 207 ਕਰੋੜ ਦਿੱਤਾ ਸੀਗਾ 150 ਕਰੋੜ ਰੁਪਇਆ ਤਾਂ ਕਰਜ਼ ਹੈਗਾ ਜਿਹੜਾ 2.5 ਕਰੋੜ ਕੇ 2.75 ਕਰੋੜ ਰੁਪਇਆ ਇੰਟਰਸਟ ਪੇ ਕਰਦੇ ਆ ਪਰ ਮੰਥ ਵਾਸਤੇ ਐਂਡ ਟੋਟਲ ਜੇ ਲਾ ਲਈਏ ਤਾਂ 30 ਕਰੋੜ ਰੁਪਇਆ ਉਹਨਾਂ ਦਾ 1 ਮਹੀਨੇ ਦਾ ਖਰਚਾ ਹੈਗਾ ਬੇਲ ਆਊਟ ਨਹੀਂ ਹੋ ਸਕਦੀ ਉਹ ਉਖਲੀ ਕੁਹਾੜਾ ਉੱਥੇ ਦਾ ਉੱਥੇ ਰਹਿਣਾ ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਸੀ ਕੱਲ੍ਹ ਉਹਨਾਂ ਨੇ ਸੁਝਾਵ ਨਹੀਂ ਮੰਗਿਆ ਖੜਾ ਟਾਈਮ ਨਹੀਂ ਦਿੱਤਾ ਕਿ ਤੁਸੀਂ ਥੋੜ੍ਹਾ ਇਹਦੇ 'ਚ ਹੋਰ ਵਾਧਾ ਕਰੋ ਕਮ ਸੇ ਕਮ ਜਿਹੜਾ 150 ਕਰੋੜ ਰੁਪਇਆ ਉਹ ਲਮਸਮ ਇੱਕ ਵਾਰੀ ਦਿਓ ਤਾਂ ਜੋ ਉਹਨਾਂ ਦਾ ਉਹ ਕਰਜ਼ ਉਤਰ ਜਾਏ ਰਾਜਾ ਜੀ ਤੁਸੀਂ ਜਿਸ ਟਾਈਮ ਤੁਸੀਂ ਮੰਤਰੀ ਬਣੇ ਹੋ ਜੋ ਹੁਣ ਵਾਈਟ ਪੇਪਰ ਆਇਆ ਹੈਗਾ
ਉਹਦੇ ਹਿਸਾਬ ਨਾਲ ਤੁਸੀਂ ਆਪ ਸੋਚੋ ਜਿਹਦੇ 'ਤੇ ਇੰਨਾ ਕਰਜ਼ਾ ਹੋਏ, ਜਿਹੜੀ ਨਵੀਂ ਸਰਕਾਰ ਆਈ ਹੈਗੀ ਹੈ ਉਹ 'ਤੇ ਇੰਨਾ ਕਰਜ਼ਾ ਹੋਏ, ਆਮਦਨ ਪਿਛਲੇ 10 ਸਾਲਾਂ ਵਿੱਚ ਜੋ ਵਾਈਟ ਪੇਪਰ ਸਾਨੂੰ ਦਿੱਤਾ ਗਿਆ ਉਹਦੇ ਵਿੱਚ ਇਹ ਕਿ 10 ਸਾਲਾਂ ਵਿੱਚ ਕੋਈ ਤਿਆਰੀ ਨਹੀਂ ਕੀਤੀ ਗਈ ਕਿ GST ਦਾ ਜਿਹੜਾ ਕੇਂਦਰ ਤੋਂ ਆਉਣਾ ਸੀ ਉਹ ਖਤਮ ਹੋਏਗਾ, 14 ਤੋਂ 15 ਹਜ਼ਾਰ ਕਰੋੜ ਦੀ ਆਮਦਨ ਖਤਮ ਹੋਵੇਗੀ ਅਪਰੋਕਸੀਮੇਟਲੀ, ਅਤੇ ਉਹਦੀ ਕੋਈ ਤਿਆਰੀ ਨਹੀਂ ਕਿ ਉਹ ਆਮਦਨ ਕਿਸ ਤਰ੍ਹਾਂ ਵਧਾਉਣੀ ਹੈ, ਓਬਵੀਅਸਲੀ ਸਰਕਾਰ ਨੂੰ ਵਧਾਉਣਾ ਸੋਚਣਾ ਚਾਹੀਦਾ ਸੀ, ਕੋਈ ਦੂਰ ਅੰਦੇਸ਼ੀ ਸੋਚ ਨਹੀਂ ਹੈਗੀ। ਉਸ ਤੋਂ ਬਾਅਦ ਜਿਹੜਾ ਤੁਹਾਡਾ ਆਖਿਰ ਦੇ 3 ਮਹੀਨੇ ਦਾ ਕਾਰਜਕਾਲ ਸੀ ਉਹਦੇ ਵਿੱਚ 9,000 ਕਰੋੜ ਵੰਡਿਆ ਕਿ ਜਿਹਦੀ ਕੋਈ ਹੈ ਨਹੀਂ ਹੈ, ਪਿਛਲੇ ਬਜਟ ਦੀ ਕੋਈ 56,000 ਕਰੋੜ ਦੀ ਅਜੇ ਬਕਾਇਆ ਪਿਆ ਹੋਇਆ ਹੈ, ਵਿੱਚੋਂ 1500 ਕਰੋੜ ਮੈਂ ਕਿਹਾ ਕਿਸਾਨਾਂ ਦਾ ਕਰਜ਼ਾ ਮਾਫੀ ਹੈਗੀ ਹੈ, ਕੁਛ ਕਾਰਪੋਰੇਸ਼ਨਸ ਦਾ ਹੈਗਾ, ਆਟਾ ਦਾਲ ਸਕੀਮ ਦਾ ਹੈਗਾ, ਸੋ ਪਾਵਰ ਸਬਸਿਡੀ ਦੇ ਬਕਾਇਆ। ਸੋ ਜਿਸ ਸਰਕਾਰ ਉੱਤੇ ਨਵੀਂ ਸਰਕਾਰ ਆਈ ਹੈ ਉਸ 'ਤੇ ਪਿਛਲਾ ਇੰਨਾ ਜ਼ਿਆਦਾ ਬੋਝ ਔਰ ਜਿਹੜਾ ਕਰਜ਼ਾ ਹੈ 5 ਸਾਲਾਂ ਵਿੱਚ ਡਬਲ ਹੋਇਆ, ਜਦਕਿ ਕਾਂਗਰਸ ਸਰਕਾਰ ਨੇ ਆਉਂਦੇ ਕਿਹਾ ਸੀ, ਮੈਨੂੰ ਯਾਦ ਆ ਜੇ ਵੀ ਮਨਪ੍ਰੀਤ ਬਾਦਲ ਨਾਲ ਮੇਰੀ ਪਹਿਲੀ ਜਦ ਇੰਟਰਵਿਊ ਹੋਈ ਸੀ ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ, ਉਹਨਾਂ ਨੇ ਕਿਹਾ ਸਾਨੂੰ ਕਮਰ ਕਸਣੀ ਪਏਗੀ, ਉਹਨਾਂ ਨੇ ਇੱਕ ਬੜਾ ਠੋਸ ਨਾਟ ਡਬਲ ਲੇਕਿਨ ਕਾਫੀ ਕਰਜ਼ਾ ਮੇਰੇ ਖਿਆਲ 80,000 CR ਸਮਥਿੰਗ 5 ਸਾਲਾਂ ਦੇ ਵਿੱਚ ਵਧਿਆ, ਪਹਿਲਾਂ 1,80,000 ਸਮਥਿੰਗ ਜਦੋਂ ਅਸੀਂ ਆਏ ਸੀ, ਆਈ ਥਿੰਕ 2.60 ਕੁਛ ਸਮਥਿੰਗ 80,000 ਰੁਪਏ ਘਟਾਉਣ ਦੀ ਤਾਂ ਗੱਲ ਦੂਰ ਵਾਧਾ ਹੋਇਆ ਹੈਗਾ। ਸੋ ਜੇ ਉਹਨਾਂ ਨੇ ਕਿਹਾ ਸਾਨੂੰ ਕਮਰ ਕਸਣੀ ਪਏਗੀ, ਜਿਹੜੇ ਸਾਡੇ ਰੱਖਦੇ ਚੇਅਰਮੈਨ ਰੱਖਦੇ ਆ ਚੇਅਰਮੈਨ ਸਰਕਾਰ 'ਤੇ ਬੋਝ ਹੁੰਦੇ, ਲੋੜ ਨਹੀਂ ਹੈ ਓਬਵੀਅਸਲੀ ਸਰਕਾਰੀ, ਪਰ ਉਹੀਓ ਚੀਜ਼ਾਂ ਕੀਤੀਆਂ ਗਈਆਂ। ਸੋ ਇੱਥੇ ਤਾਂ ਭਾਵੇਂ ਹੁਣ ਇਹ ਕਹਿ ਲਓ ਕਿ ਸਾਡੇ ਕੋਲ ਤੁਹਾਡੇ ਕੋਲ ਸਿਰਫ 3 ਮਹੀਨੇ ਸੀਗੇ, ਪਰ ਸੀਧੇ ਕਾਂਗਰਸ ਦੀ ਸਰਕਾਰ ਫਾਈਨੈਂਸ ਮੰਤਰੀ ਉਹੀਓ ਸੀ, ਲਾਸਟ ਆਖਰੀ ਦੇ ਮਹੀਨਿਆਂ ਵਿੱਚ ਵੀ ਕੋਈ ਤਿਆਰੀ ਨਹੀਂ ਕੀਤੀ ਕਿ ਕੀ ਇਹ ਵਾਈਟ ਪੇਪਰ ਤੁਸੀਂ ਚੈੱਕ ਕੀਤਾ ਕਿ ਜੋ ਤੁਸੀਂ ਹਾਲਾਤਾਂ ਵਿੱਚ ਸਰਕਾਰ ਨੂੰ ਛੱਡ ਕੇ ਗਏ ਹੋ ਉਹ ਹੋਰ ਕੀ ਕਰ ਸਕਦੇ ਹਾਂ। ਸਾਰੀਆਂ ਸਰਕਾਰਾਂ ਦਾ ਪਿਛਲੀ ਜਦੋਂ ਅਸੀਂ ਆਏ ਸੀ ਉਦੋਂ ਅਸੀਂ ਵੀ ਵਾਈਟ ਪੇਪਰ ਲੈ ਕੇ ਆਏ, ਇਹੀ ਹਾਲਾਤ ਬਹੁਤ ਜ਼ਿਆਦਾ ਗੰਭੀਰ ਹਾਲਾਤ ਉਦੋਂ ਵੀ ਸਨ, ਬਿਲਕੁਲ ਅਸੀਂ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਕਿ ਮਗਰਲੀ ਸਰਕਾਰ ਕਹਿ ਗਈ ਤਾਂ ਸਾਨੂੰ ਵੀ ਇਹ ਕਰਨਾ ਚਾਹੀਦਾ ਸੀ, ਸਾਡੀ ਨਲਾਇਕੀ ਰਹੀ, ਦੈਟਸ ਵਾਈ ਵੀ ਆਰ ਇਨ ਦਾ ਓਪੋਜੀਸ਼ਨ। ਅੱਜ ਅਸੀਂ ਪਰਲੇ ਪਾਸੇ ਬੈਠੇ ਹੋਏ ਹਾਂ, ਸਾਡੀ ਕਿਤੇ ਨਾ ਕਿਤੇ ਫਾਈਨਾਂਸਿਸ ਨੂੰ ਲੈ ਕੇ ਨਲਾਇਕੀ ਰਹੀ, ਅਸੀਂ ਕਰ ਨਹੀਂ ਪਾਏ ਉਹ ਬਹੁਤ ਕੁਛ। ਲੇਕਿਨ ਅਗਰ ਤੁਸੀਂ ਅੱਜ ਦੀ ਗੱਲ ਕਰੋ, 9,000 ਕਰੋੜ ਰੁਪਏ ਕਰਜ਼ ਲੈ ਲਿਆ ਗਿਆ, 8 ਲਾ ਲਓ 3 ਮਹੀਨੇ 'ਚ, ਇਫ ਯੂ ਕੈਲਕੂਲੇਟ ਦੈਟ 8,000 ਇੰਟੂ ਅਗਲੇ ਜਿਹੜੇ ਹੈਗੇ ਆ, ਤਾਂ ਮੇਰਾ ਖਿਆਲ ਉਹ ਸਾਡੇ ਤੋਂ ਵੀ ਕਿਤੇ ਨਹੀਂ ਕਿਤੇ ਵੱਧ ਆ। ਬਟ ਉੱਥੇ ਚੀਮਾ ਜੀ ਕਹਿੰਦੇ ਨੇ ਕਿ ਮੈਂ ਜੇ ਨਹੀਂ 9-8 ਹਜ਼ਾਰ ਲਿਆ ਤੇ ਮੈਂ 10,000 ਕਮਾ ਲਿਆ ਤੇ 10,000 ਵਿੱਚੋਂ ਮੈਂ ਕਿੱਥੋਂ ਲਿਆ, ਫਿਰ ਲੈਣ ਦੀ ਕੀ ਲੋੜ ਸੀ ਜਦੋਂ ਕਮਾ ਲਿਆ? ਨਹੀਂ ਨਹੀਂ 3 ਮਹੀਨੇ ਲੱਗੇ ਜਦ ਮੈਂ ਸਰਕਾਰ ਮੈਂ ਆਮ ਗਿਵਿੰਗ ਯੂ ਯਾ ਯਾ ਉਹਨਾਂ ਨੇ ਲੋਕ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਕਿ ਉਹ ਤਾਂ ਮੈਂ 1,000 ਸਿੰਕਿੰਗ ਫੰਡ 'ਚ ਪਾ ਦਿੱਤਾ। ਜਿਹੜੀ ਉਹ ਕਿਸ਼ਤ ਜਾਂਦੀ ਸੀ ਉਹ ਤਾਂ ਹਮੇਸ਼ਾ ਹੀ ਜਾਂਦੀ ਸੀ, ਉਹ ਤਾਂ ਪਹਿਲਾਂ ਵੀ ਥੋੜੀਆਂ ਬੋਰਿੰਗਸ ਹੈਗੀਆਂ ਜਿਹੜੀਆਂ ਉਹਨਾਂ ਨੂੰ ਮੋੜਨਾ ਹੈ, ਉਹ ਤਾਂ ਮੋੜਨਾ ਹੀ ਪੈਣਾ। ਤੁਸੀਂ ਇਹ ਨਹੀਂ ਕਹਿ ਸੇਵਿੰਗ ਵੀ ਕਰ ਲਈ, ਫਿਰ ਜਦੋਂ ਤੁਸੀਂ ਇੱਕ ਮਿੰਟ ਤੁਸੀਂ ਕਹਿੰਦੇ ਹੋ ਕਿ ਅਸੀਂ 10,000 ਮੋੜਤਾ ਅਤੇ 8,000 ਲਿਆ, 10,000 ਮੋੜਿਆ, ਤੁਸੀਂ 2,000 ਕਰੋੜ ਹੀ ਲੈਂਦੇ ਨਾ ਐਕਸਟਰਾ, ਤੁਸੀਂ ਤੁਹਾਡੇ ਕੋਲ 8,000 ਤਾਂ ਸੀਗਾ, ਤੁਸੀਂ 8,000 ਕਰਜ਼ਾ ਲੈਣ ਦੀ ਕੀ ਲੋੜ ਪਈ ਹੈ? ਉਹੀ ਤਾਂ ਕਹਿੰਦੇ ਮੇਰੇ ਕੋਲ ਸੀ ਨਹੀਂ, ਮੈਂ ਜਿਸ ਦਿਨ ਮੈਂ ਸ਼ੁਰੂ ਹੋਇਆ ਮੈਂ ਜ਼ੀਰੋ 'ਤੇ ਸੀਗਾ 3 ਮਹੀਨੇ 'ਚ। ਚਲੋ ਇਸ ਗੱਲ ਨੂੰ ਛੱਡ ਦਿਓ, ਹੁਣ ਬੋਰਿੰਗਸ ਦੀ ਜਿਹੜੀ ਉਹਨਾਂ ਨੇ ਗੱਲ ਕਿਹਾ, ਸਾਡੀ 2021 ਅਤੇ 2022 ਦੀ ਮੇਰੇ ਕੋਲ ਫਿਗਰ ਹੈਗੀ ਹੈ, ਸਾਡੀ 46,000 ਕਰੋੜ ਦੀ ਬੋਰਿੰਗ ਅਸੀਂ ਮੰਗੀਆਂ। ਵਟ ਦੇ ਆਰ ਆਸਕਿੰਗ ਅੱਜ 2022-23 ਦੇ ਵਿੱਚ, ਉਹ ਕਹਿੰਦਾ ਮੈਂ 55,000 ਕਰੋੜ ਰੁਪਏ ਦੀ ਬੋਰਿੰਗ ਦਾ ਟੀਚਾ ਦਿੱਤਾ ਹੈ, ਦੈਟ ਇਜ਼ ਇਨ ਦਾ ਬਜਟ ਸਪੀਚ। ਅਸੀਂ ਆਖਿਆ ਵੀ ਅਸੀਂ 46 ਦਾ ਦਿੱਤਾ ਇੱਕ ਸਾਲ 'ਚ ਕਿ 46,000 ਕਰੋੜ ਰੁਪਏ ਦੀਆਂ ਅਸੀਂ ਬੋਰਿੰਗਸ ਲਵਾਂਗੇ, ਤੁਸੀਂ ਕਹਿ ਰਹੇ ਹੋ ਅਸੀਂ 55,000 ਕਰੋੜ ਰੁਪਏ ਦੀਆਂ ਬੋਰਿੰਗਸ, ਯਾਨੀ ਕਿ 9,000 ਕਰੋੜ ਰੁਪਇਆ ਤੁਸੀਂ ਐਕਸੈਸ ਕਰਜ਼ਾ ਅਨੁਮਾਨਿਤ ਆਪਦੇ ਬਜਟ 'ਚ ਦੱਸਿਆ ਕਿ ਅਸੀਂ ਲਵਾਂਗੇ, ਲੈ ਸਕਦੇ ਹਾਂ, ਤੁਹਾਡੀ ਬੁੱਕਲੈਟ 'ਚ ਬਜਟ ਦੀ 'ਚ ਛਪਿਆ ਹੈ। ਸੋ ਹਰ ਗੱਲ ਨੂੰ ਫੱਜ ਕਰਕੇ ਫਿਰ GST ਦੀ ਗੱਲ ਕਰਦੇ ਹੈ ਨਿਮਰਤ, ਵਟ ਦੇ ਸੇਜ ਕਿ ਅਸੀਂ ਜਿਹੜੀ GST ਹੈ ਅਸੀਂ ਉਹ 27% ਇਨਕਰੀਜ਼ ਕਰ ਦਿਆਂਗੇ, ਹੱਦ ਕਿ ਹਾਲਾਂਕਿ ਨੈਸ਼ਨਲ ਐਵਰੇਜ ਜਿਹੜੀ ਹੈਗੀ ਹੈ ਪੂਰੇ ਦੇਸ਼ ਦੀ ਉਹ 10-12% ਹੈ। ਕੀ ਕਰੋਗੇ ਫਿਰ GST? ਕੱਲ੍ਹ ਉਹ GST ਦਾ ਜਿਹੜਾ ਇੰਡਸਟਰੀਅਲ ਦਾ ਕੋਈ ਇਹਨਾਂ ਦਾ ਪ੍ਰਧਾਨ ਸੀ, ਚੀਫ ਸੀ, ਉਹਨੇ ਗੱਲ ਕਹੀ ਵੀ ਤੁਸੀਂ ਇਹ ਜਿਹੜੇ ਸਾਡੇ 'ਤੇ ਲਾ ਕੇ ਫਿਰ ਸਾਡਾ ਗੱਲ ਘੁੱਟੋਗੇ, ਸਾਡੇ ਰੇਟਸ ਹੋਣੀਆਂ, ਸਾਥੋਂ ਧੱਕੇ ਨਾਲ ਭਰਾਇਆ ਜਾਏਗਾ। 27% ਇਨਕਰੀਜ਼ ਹੋ ਹੀ ਨਹੀਂ ਸਕਦੀ ਕਿਸੇ ਵੀ ਤਰੀਕੇ ਦੇ ਨਾਲ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਹਿ ਦੇਣੀਆਂ ਐਜੂਕੇਸ਼ਨ 'ਤੇ, ਇਹਨਾਂ ਨੇ ਕਿਹਾ ਕਿ ਅਸੀਂ ਐਜੂਕੇਸ਼ਨ 'ਤੇ ਧਮਾਲ ਕਰਤੀ ਜੀ, ਕਮਾਲਾਂ ਕਰਤੀਆਂ, ਵੱਟ ਕਰਤੀ, ਚੰਗੇ ਵੈਸੇ ਮੈਂ ਇਹ ਵੀ ਨਹੀਂ ਕਹਾਂਗਾ, ਬਜਟ ਵਾਈਜ਼
ਮੈਨੂੰ ਇਹ ਲੱਗਿਆ ਕਿ ਐਜੂਕੇਸ਼ਨ 'ਤੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਲੱਗਿਆ ਮੈਨੂੰ ਲੱਗਿਆ ਲੇਕਿਨ ਅਗਰ ਐਜੂਕੇਸ਼ਨ ਦੀ ਸਪੈਂਡਿੰਗਸ ਦੇਖੀਏ ਜਿਹੜਾ ਟੋਟਲ ਐਕਸਪੈਂਡੀਚਰ ਇਹ ਦੇ ਰਿਹਾ 13.2% ਦੇ ਰਿਹਾ ਅਤੇ ਜਿਹੜਾ ਨੈਸ਼ਨਲ ਐਵਰੇਜ ਹੈਗੀ ਹੈ ਅਦਰ ਸਟੇਟਸ ਦੀ ਉਹ 15.2 ਹੈ ਉਹਨਾਂ ਤੋਂ ਕਿਤੇ ਘੱਟ ਹੈ ਪਰ ਉਹ ਕਹਿ ਰਿਹਾ ਸੀ ਪਿਛਲਿਆਂ ਨੂੰ ਵਧਾਇਆ ਵਧਾਤਾ ਹੋਣਾ ਵਧਾ ਪਿਛਲਿਆਂ ਤੋਂ ਨਹੀਂ ਬਟ ਇਹ ਨਾ ਕਹਿਣ ਕਿ ਤੁਸੀਂ ਤਾਂ ਦਿੱਲੀ ਮਾਡਲ ਦੀ ਗੱਲ ਕਰਦੇ ਅਸੀਂ ਤਾਂ ਕਹਿੰਦੇ ਸਾਡੇ ਸਕੂਲ 'ਚ ਨੰਬਰ 1 ਆਏ ਆ ਉਹ ਸਿਰੇ ਤੋਂ ਨਕਾਰ ਨਕਲੀ ਕਹਿੰਦੇ ਨੇ ਤੁਸੀਂ ਨਕਲੀ ਕਹਿੰਦੇ ਅਤੇ ਤੁਹਾਨੂੰ ਪਤਾ ਹੈ ਹਰ ਬੱਸ ਦੇ ਮਗਰ ਮਾਨ ਸਾਹਿਬ ਦੀ ਐਡ ਹੈ ਕਿ ਆਓ ਆਓ ਸਮਾਰਟ ਸਕੂਲ 'ਚ ਦਾਖਲਾ ਲਓ ਹਰ ਬੱਸ ਦੇ ਮਗਰ ਅੱਜ ਦੀ ਨਹੀਂ ਮਗਰਲੇ 2.5 ਮਹੀਨਿਆਂ ਦੀ ਕਿਸੇ ਦੀ ਚੀਜ਼ ਨੂੰ ਨਕਲੀ ਕਹੋ ਆਪਦੀ ਚੀਜ਼ ਨੂੰ ਅਸਲੀ ਕਹੋ ਇਹ ਕੋਈ ਗੱਲ ਬਣਦੀ ਨਹੀਂ ਹੈ ਸਪੈਂਡਿੰਗ ਇਹ ਬੱਸਾਂ ਦਾ ਕੀ ਮਾਮਲਾ ਹੈ ਮੈਂ ਬੱਸ ਤੋਂ ਖਿਆਲ ਆ ਗਿਆ ਦੱਸਦਾ ਤੁਹਾਨੂੰ ਬੱਸਦਾ ਹੁਣ ਸਪੈਂਡਿੰਗ ਔਨ ਹੈਲਥ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਬਜਟ 'ਚ ਦਿੱਤਾ ਇਹਨਾਂ ਨੇ 4.7% ਦਿੱਤਾ ਜਿਹੜੀ ਨੈਸ਼ਨਲ ਐਵਰੇਜ ਹੈ ਉਹ 6% ਹੈ ਯਾਨੀ ਕਿ 2% ਨੈਸ਼ਨਲ ਐਵਰੇਜ ਤੋਂ ਬਿਲੋ ਦਾ ਬਜਟ ਹੈ ਸਪੈਂਡਿੰਗ ਔਨ ਰੋਡਸ ਬ੍ਰਿਜਿਸ ਉਹ 1.3 ਹੈ ਨੈਸ਼ਨਲ ਐਵਰੇਜ ਇਜ 4.7 ਮੇਰੇ ਕਹਿਣ ਤੋਂ ਮਤਲਬ ਹੈ ਕਿ ਹਰ ਗੱਲ ਨੂੰ ਚੜਾ ਵਿਖਾ ਕੇ ਵੱਡਾ ਕਰਕੇ ਦਿਖਾਇਆ ਜਾਂਦਾ ਪਰ ਉਹ ਗੱਲ ਬਣੀ ਨਹੀਂ ਹੈ ਹੁਣ ਜਿੱਥੋਂ ਤੱਕ ਤੁਸੀਂ ਬੱਸਿਸ ਦੀ ਗੱਲ ਕਰ ਰਹੇ ਹੋ ਸੋ ਉਹਨਾਂ ਨੇ ਦੋ ਬੱਸਿਸ ਚਲਾਈਆਂ ਐਂਡ ਦੋ ਚੀਫ ਮਿਨਿਸਟਰ ਆਏ ਦੋ ਬੱਸਿਸ ਚਲਾਉਣ ਵਾਸਤੇ ਕੱਲ੍ਹ ਵੀ ਉਹਨਾਂ ਨੇ ਕਿਹਾ ਕਿ ਦੇਖੋ ਭਾਈ ਸਵਾਲ ਵੀ ਲੱਗਿਆ ਸੀ ਕਿ ਕੁਛ ਕੀਤਾ ਨਹੀਂ ਇਹਨਾਂ ਨੇ ਲੁੱਟ ਮਚਾਤੀ ਮਾਫੀਏ ਨੂੰ ਤੁਹਾਡੇ ਸਾਹਮਣੇ ਮੈਂ ਕੇਜਰੀਵਾਲ ਸਾਹਿਬ ਦੇ ਘਰ ਦੇ ਬਾਹਰ ਬੈਠਾ ਰਿਹਾ ਪੁੱਛਣ ਨਹੀਂ ਕੋਈ ਆਇਆ ਐਂਡ ਫਿਰ ਕੇਜਰੀਵਾਲ ਸਾਹਿਬ ਨਾਲ ਗੱਲ ਵੀ ਹੋਈ ਉਸ ਤੋਂ ਬਾਅਦ ਇਲੈਕਸ਼ਨ ਚੁਣਾਵ ਆ ਗਿਆ ਮੈਂ ਦੋ ਚਿੱਠੀਆਂ ਲਿਖੀਆਂ 13 ਚਿੱਠੀਆਂ ਇਹ ਪੂਰਾ ਨੈਕਸਚਰ ਹੈ 13 ਚਿੱਠੀਆਂ ਐਂਡ ਹਰ ਚਿੱਠੀ ਅਸੀਂ ਉਹਨਾਂ ਨੂੰ ਲਿਖੀ ਸਮੇਂ ਸਮੇਂ ਦੇ ਮਿਨਿਸਟਰਸ ਨੇ ਉਹ ਚਿੱਠੀਆਂ ਲਿਖੀਆਂ ਲੇਕਿਨ ਕਿਸੇ ਚਿੱਠੀ ਦਾ ਮੈਂ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਅਤੇ ਲਾਸਟ ਚਿੱਠੀ ਜਿਹੜੀ ਅਸੀਂ ਲਿਖੀ ਉਹ ਮੈਂ ਲਿਖੀ ਸੋ ਬੇਸਿਕਲੀ ਡਬਲ ਇੰਜਨ ਦਾ ਫਾਇਦਾ ਦਿਖ ਰਿਹਾ ਹੈਗਾ ਹੁਣ ਦਿੱਲੀ ਤੇ ਜੋਤੀ ਰਾਜ ਸਿੰਧੀਆ ਨੂੰ ਲਿਖੀ ਐਵੀਏਸ਼ਨ ਮਿਨਿਸਟਰ ਉਹਨਾਂ ਨੇ ਵੀ ਕਿਹਾ ਕਿ ਦਿੱਲੀ ਸਰਕਾਰ ਜਦੋਂ ਮਰਜ਼ੀ ਬੱਸ ਚਲਾਵੇ ਉਹ ਪਰਮਿਸ਼ਨ ਲਿਆਓ ਅਤੇ ਸਾਨੂੰ ਕੋਈ ਦਿੱਕਤ ਸੋ ਡਬਲ ਇੰਜਨ ਦਾ ਫਾਇਦਾ ਹੋਇਆ ਹੁਣ ਦਿੱਲੀ ਅਤੇ ਪੰਜਾਬ 'ਚ ਇੱਕ ਸਰਕਾਰ ਹੈ ਅਤੇ ਫਾਇਦਾ ਹੋ ਰਿਹਾ ਪਰ ਨੁਕਸਾਨ ਕਿਉਂ ਹੋਇਆ ਨੁਕਸਾਨ ਇਸ ਕਰਕੇ ਹੋਇਆ ਕਿ ਸਰਕਾਰ ਨੇ 5 ਸਾਲ ਉਸ ਬੱਸ ਨੂੰ ਇਜਾਜ਼ਤ ਨਹੀਂ ਦਿੱਤੀ ਪਤਾ ਨਹੀਂ ਕੀ ਸਮਝੌਤਾ ਸੀ ਇਸ ਪਿੱਛੇ ਮੈਂ ਨਹੀਂ ਕਹਿੰਦਾ ਕਿ ਮਿਲੇ ਸੀ ਨਹੀਂ ਮਿਲੇ ਸੀ ਪਰ 5 ਸਾਲ ਜੇ ਚਾਹੁੰਦੀ ਦਿੱਲੀ ਸਰਕਾਰ ਤਾਂ ਬੱਸਿਸ ਚੱਲ ਸਕਦੀਆਂ ਸੀ ਲੋਕਾਂ ਦੀਆਂ ਜੇਬਾਂ ਲੁੱਟੀਆਂ ਨਹੀਂ ਜਾਣੀਆਂ ਸੀ ਉਹ ਇੱਕ ਪਰਿਵਾਰ ਨੂੰ ਫਾਇਦਾ ਹੋਇਆ ਉਹ ਸਭ ਦੁਨੀਆ ਜਾਂਦੀ ਹੈ ਅਸੀਂ ਕੱਲ੍ਹ ਕਿਹਾ ਕਿ ਟੇਬਲ ਕਰੋ ਤੁਸੀਂ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਨਹੀਂ ਚੱਲਣ ਦਿੱਤੀਆਂ ਹੁਣ ਅਸੀਂ ਚਲਾ ਦਿੱਤੀਆਂ ਸੋ ਸਾਨੂੰ ਨਿੰਦਣਾ ਔਰ ਆਪਦੀ ਗੱਲ ਕਰਨੀ ਉਹ ਪੁਰਾਣਾ ਰੀਤੀ ਰਿਵਾਜ਼ ਅਸੀਂ ਵੀ ਇੱਦਾਂ ਹੀ ਕਰਦੇ ਸੀਗੇ ਜਿੱਥੇ ਸਹੀ ਹੋਵੇ ਇਹਨਾਂ ਨੇ ਇੱਕ ਫਰਿਸ਼ਤੇ ਸਕੀਮ ਲੈ ਕੇ ਆਏ ਹੈ ਬਜਟ ਦੇ ਵਿੱਚ ਤੁਹਾਡੀ ਬੇਟੀ ਵੀ ਸਭਾ ਵਿਧਾਨ ਸਭਾ ਜਾ ਕੇ ਉਸਨੇ ਤਾਰੀਫ ਵੀ ਕੀਤੀ ਨਹੀਂ ਹੈ ਹੀ ਇਟਸ ਅ ਵੈਰੀ ਗੁੱਡ ਸਕੀਮ ਕਮਾਲ ਦੀ ਸਕੀਮ ਹੈ ਮੈਂ ਮਾਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਚੰਗੀ ਸਕੀਮ ਹੈ ਮੈਨੂੰ ਪਤਾ ਲੱਗਿਆ ਆਫ ਦੀ ਰਿਕਾਰਡ ਕਿ ਕਿਸੇ ਨੇ ਦੱਸਿਆ ਕਿ 300 ਏਕੜ ਭਾਰਤੀ ਏਅਰਟੈੱਲ ਮਿੱਤਲ ਵਾਲਿਆਂ ਕੋਲ ਕੋਈ 300 ਏਕੜ ਜ਼ਮੀਨ ਸੀਗੀ ਜਿਹੜੀ ਕਿ ਥੋੜ੍ਹੇ ਜਿਹੇ ਪੈਸੇ 'ਤੇ ਉਹ ਰੱਖੀ ਫਿਰਦੇ ਸੀ ਲੁਧਿਆਣਾ ਦੇ ਨੇੜੇ ਐਂਡ ਸਾਡੀਆਂ ਸਰਕਾਰਾਂ ਉਹਦੇ ਤੋਂ ਨਹੀਂ ਛੁਡਾ ਸਕੀਆਂ ਐਂਡ ਭਗਵੰਤ ਮਾਨ ਜੀ ਨੇ ਉਹ ਮੈਨੂੰ ਪਤਾ ਲੱਗਿਆ ਕਿ ਉਹ ਜ਼ਮੀਨ ਛੁਡਵਾ ਦਿੱਤੀ ਹੈ ਵਧਾਈ ਦੇਣਾ ਚਾਹੁੰਦਾ ਕਿ ਇਹ ਪਹਿਲਕਦਮੀ ਹੈ ਚੰਗੀ ਗੱਲ ਹੈ ਨਹੀਂ ਕੌਣ ਛੁਡਾ ਸਕਦਾ ਭਾਰਤੀ ਏਅਰਟੈੱਲ ਮਿੱਤਲ ਵਾਲਿਆਂ ਤੋਂ ਜ਼ਮੀਨ ਕਿ ਉਹ ਚੰਦ ਰੁਪਈਆਂ ਦੇ ਵਿੱਚ ਸਾਡੀ ਇੰਨੀ ਕੀਮਤੀ ਜ਼ਮੀਨ ਰੱਖੀ ਬੈਠੀ ਹੈ ਬਿਨਾਂ ਕਿਸੇ ਗੱਲ ਤੋਂ ਸੋ ਜਿਹੜੀਆਂ ਚੰਗੀਆਂ ਗੱਲਾਂ ਹੋਣੀਆਂ ਉਹ ਬਿਲਕੁਲ ਤੁਹਾਨੂੰ ਕਹਿਣੀਆਂ ਪੈਣੀਆਂ ਕਿਉਂਕਿ ਜ਼ਮਾਨਾ ਹਰ ਚੀਜ਼ ਵੇਖ ਰਿਹਾ ਲੋਕਾਂ ਨੇ ਨੋਟ ਕਰ ਲਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੈਮਰਾ ਤੁਹਾਡੇ 'ਤੇ ਫੋਕਸ ਨਹੀਂ ਕੀਤਾ ਜਾਂਦਾ ਤੁਹਾਨੂੰ ਦੂਰੋਂ ਵਿਖਾਇਆ ਜਾਂਦਾ ਆਪਦੇ ਬੰਦੇ 'ਤੇ ਕੈਮਰਾ ਫੋਕਸ ਕੀਤਾ ਜਾਂਦਾ ਹਰ ਚੀਜ਼ ਨੂੰ ਜਨਤਾ ਨੋਟਿਸ ਕਰਦੀ ਹੈ ਐਂਡ ਤੁਸੀਂ ਵੇਖੋ 3 ਮਹੀਨਿਆਂ 'ਚ ਹੀ ਲੋਕਾਂ ਨੇ ਫਿਰ ਬਦਲਾਵ ਮੋੜਿਆ ਸੋ ਜਨਤਾ ਨੂੰ ਜਿਹੜਾ ਵਿਅਕਤੀ ਝੂਠ ਬੋਲੇਗਾ ਹੁਣ ਆਟਾ ਦਾਲ ਦੀ ਸਕੀਮ ਦੀ ਗੱਲ ਸੀ ਆਟਾ ਦਾਲ ਵਾਸਤੇ ਤੁਸੀਂ ਕਹਿੰਦੇ ਕਿੱਦਾਂ ਕਿਸੇ ਨੇ ਸੋਚਿਆ ਹੀ ਨਹੀਂ ਪੰਜਾਬ ਨੂੰ ਕਰਜ਼ੇ ਤਾਂ ਅਸੀਂ ਫਿਰ ਵਾਈਟ ਪੇਪਰ 5 ਸਾਲਾਂ ਬਾਅਦ ਲੈ ਆਵਾਂਗੇ ਆਊਗੀ ਕਮਾਈ ਕਿੱਥੋਂ 20,000 ਕਰੋੜ ਰੁਪਏ ਰੇਤੇ ਤੋਂ ਕਹਿੰਦੇ ਸੀ ਤੁਹਾਨੂੰ ਇੰਟਰਵਿਊ 'ਚ ਕਿਹਾ ਇਹਨਾਂ ਨੇ ਨਾ ਵੇਅਰ ਇਜ਼ ਦੈਟ 20,000 ਕਰੋੜ ਚਲੋ 5 ਸਾਲ ਨਹੀਂ 1 ਸਾਲ ਤਾਂ ਦੇਣਾ ਪਏਗਾ ਮੈਂ ਕਿਹਾ ਅਗਰ 1 ਸਾਲ ਵੀ ਆ ਜਾਏ ਤਾਂ ਰਾਜਾ ਵੜਿੰਗ ਅਸਤੀਫਾ ਦੇ ਦੇਗਾ ਬਿਲਕੁਲ ਰਾਜਨੀਤੀ ਕਰੇਗਾ ਇਹ ਵੀ ਮੇਰੀ ਇੰਟਰਵਿਊ ਤੇ ਕਿਹਾ ਹੈ ਹੁਣ ਇਹ ਵੀ ਯਾਦ ਰੱਖਾਂਗੇ 20,000 ਕਰੋੜ ਅਗਰ 1 ਸਾਲ ਵੀ ਮਾਈਨਿੰਗ 'ਚੋਂ ਆ ਜਾਏ ਜਿਸ ਦਿਨ ਵੀ ਮੈਂ ਵਿਧਾਨ ਸਭਾ ਨਹੀਂ ਜਾਵਾਂਗਾ
ਅਸਤੀਫਾ ਦੇ ਕਿੱਥੇ ਜਾਓਗੇ? ਮੈਂ ਕਿਹਾ ਨਹੀਂ ਨਹੀਂ ਪਾਰਲੀਮੈਂਟ ਜਾਓਗੇ? ਮੈਂ ਕਿਹਾ ਵਿਧਾਨ ਸਭਾ ਜਾਵਾਂਗੇ। ਫਿਰ ਵਾਟ ਹੀ ਸੈਡ ਵਾਟ ਹੀ ਸੈਡ, ਮੈਂ ਕਲੈਰੀਫਾਈ ਕਰੋ, ਤੁਸੀਂ ਪਾਰਲੀਮੈਂਟ ਜਾਓਗੇ ਕਿ ਨਹੀਂ ਜਾਓਗੇ? ਕਿਤੇ ਵੀ ਨਹੀਂ ਜਾਊਗਾ, ਮੈਨੂੰ ਲੱਗਦਾ ਫਿਰ ਮੈਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਹੈ ਕਿ ਐਡਾ ਵੱਡਾ ਝੂਠ ਨਹੀਂ ਬੋਲਣਾ ਚਾਹੀਦਾ। ਝੂਠ ਦੀ ਗੱਲ ਨਹੀਂ, ਠੀਕ ਸੀ, ਮੈਨੂੰ ਜੋ ਲੱਗਦਾ ਕਿ ਅਸੀਂ ਜਦ ਬਾਹਰ ਹੁੰਦੇ ਹਾਂ ਅੰਦਰ ਦਾ ਹਾਲਤ ਤੇ ਅੰਦਰ ਆ ਕੇ ਪਚਲਦਾ, ਉਹਨਾਂ ਦੇ ਦਿਮਾਗ ਵਿੱਚ ਕੁਝ ਆਈਡੀਆ ਹੋਏਗਾ, ਉਹਨਾਂ ਨੇ ਕਹਿਤਾ, ਇੱਕ ਮੌਕਾ ਦੇਣਾ ਚਾਹੀਦਾ। ਨਹੀਂ ਆਈ ਨਹੀਂ ਚਲੋ ਉਹਨਾਂ ਨੇ ਇੰਨੀ ਵੱਡੀ ਇੰਨੀ ਸਪੋਜ਼ਿੰਗ ਜੇ ਠੀਕ ਹੋਵੇ ਤਾਂ ਪੰਜਾਬ ਲਈ ਚੰਗਾ ਹੀ ਹੈ। ਦੇਖੋ ਨਿਮਰਤ ਜੀ, ਅਸੀਂ ਆਪਣੇ ਆਪ ਨੂੰ ਐਕਸਪੋਜ਼ ਕਰਦੇ ਹਾਂ ਜਾਣ ਕੇ, ਇਸੇ ਕਰਕੇ ਲੋਕ ਚਿੱਟੇ ਕੁੜਤੇ ਪਜਾਮਾ ਵਾਲਿਆਂ ਤੋਂ ਲੋਕ ਨਫ਼ਰਤ ਕਰਨ ਲੱਗ ਪਏ, ਜਾਣੀ ਕਿ ਕੁੜਤੇ ਪਜਾਮੇ ਵਾਲੇ ਪੋਲੀਟੀਸ਼ੀਅਨ ਤੋਂ ਨਫ਼ਰਤ ਕਰਨਗੇ। ਅਸੀਂ ਬਹੁਤ ਇੱਕ ਦੂਜੇ ਦੀ ਨਿੰਦਾ ਕਰ ਦਿੰਦੇ ਹਾਂ, ਔਰ ਜਿਹੜੀਆਂ ਗੱਲਾਂ ਹੁੰਦੀਆਂ ਹੀ ਨਹੀਂ ਹੈ ਉਹਨੂੰ ਵੀ ਅਸੀਂ ਐਕਸਪੋਜ਼ ਕਰਦੇ ਹਾਂ ਜਾਣ ਬੁੱਝ ਕੇ, ਅਤੇ ਫਿਰ ਜਨਤਾ ਦੀ ਇੱਕ ਮਾਇੰਡ ਫਰੇਮ ਬਣ ਜਾਂਦਾ। ਇਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ 20% ਦਾ ਲੋਚਾ ਹੁੰਦਾ, ਇਟਸ ਅ 20% ਕਰਪਸ਼ਨ ਇਨ ਬਜਟ। 1,56,000 ਕਰੋੜ ਰੁਪਏ ਦਾ ਬਜਟ ਆਇਆ, ਇਫ ਯੂ ਕੈਲਕੂਲੇਟ ਦੈਟ ਮਨੀ ਇੰਟੂ 20%, ਤਾਂ 31,000 ਕਰੋੜ ਰੁਪਏ ਬਣਦਾ। ਵੇਅਰ ਇਜ਼ ਦੈਟ 31? ਤੁਹਾਨੂੰ ਕਿਹਾ ਸੀ ਕਿ ਯਾਰ 31 ਵੋ ਔਰ 20 ਵੋ, ਯੂੰ ਹੀ ਮੈਂ ਤਾਂ 56,000 ਕਰੋੜ ਨਿਕਾਲ ਦੂੰਗਾ। ਐਂਡ ਬਿਲਕੁਲ ਅੱਜ ਉਹ ਜੇ 56,000 ਸਾਰਿਆਂ ਨੂੰ ਇੰਕਲੂਡਿੰਗ ਯੂ, ਮੈਂ ਹਮੇਸ਼ਾ ਕਹਿੰਦੀ ਹਾਂ ਸਾਰਿਆਂ ਨੂੰ ਸਾਨੂੰ ਦੱਸ ਸੀ ਮਾਫੀਆ ਚੱਲਦਾ, ਸ਼ਰਾਬ ਦਾ ਹੋਏ, ਰੇਤਾ ਦਾ ਹੋਏ, ਡਰੱਗ ਦਾ ਮਾਫੀਆ ਹੋਏ। ਜੋ ਹੁਣ ਮੈਨੂੰ ਇਹ ਦੱਸੋ, ਡਰੱਗਸ ਦੇ ਵਾਸਤੇ ਕਾਂਗਰਸ ਨੇ, ਅਸੀਂ ਅਕਾਲੀਆਂ 'ਤੇ ਇਲਜ਼ਾਮ ਲਾਏ ਅਕਾਲੀਆਂ ਦੇ ਵੇਲੇ, ਹਾਂ ਠੀਕ ਹੈ, ਇਹ ਜ਼ਰੂਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਮਾਫੀਆਜ਼ ਅਕਾਲੀਆਂ ਦੇ ਰਾਜ ਦੇ ਵਿੱਚ ਜ਼ਿਆਦਾ ਪੈਦਾ ਹੋਏ ਜਦੋਂ ਸ਼ੁਰੂ, ਉਹ 10 ਸਾਲ ਉਦੋਂ ਪਹਿਲਾਂ ਨਹੀਂ ਸੀ ਜਦੋਂ ਵੱਡੇ ਬਾਦਲ ਸਾਹਿਬ ਦਾ ਸੀਗਾ, ਉਸ ਤੋਂ ਪਹਿਲਾਂ ਇਹ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਸੀ, ਲੇਕਿਨ ਮਾਫੀਆ ਆਈਦਰ ਇਟਸ ਅ ਟਰਾਂਸਪੋਰਟ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ, ਸੈਂਡ ਮਾਫੀਆ, ਇਹ ਮਾਫੀਆ ਸ਼ਬਦ ਉਦੋਂ ਆਇਆ, ਲੇਕਿਨ ਅਸੀਂ ਡਰੱਗਸ ਦੇ ਉੱਤੇ ਕੰਮ ਕਰਨ ਦੀ ਬਜਾਏ ਅਸੀਂ ਕਿਸੇ ਨੂੰ ਕੋਸਦੇ ਰਹੇ। ਸੇਮ ਆਮ ਆਦਮੀ ਪਾਰਟੀ ਨੇ 5 ਸਾਲ ਸਾਨੂੰ ਕਿਹਾ ਕਿ ਨਸ਼ਾ ਇਹਨਾਂ ਦੇ ਰਾਜ 'ਚ ਵਿਕਦਾ, ਅੱਜ ਵੀ ਮੈਂ ਕਹਿ ਦਿਆਂਗਾ ਬੰਦ ਹੋ ਗਿਆ, ਮਾਨ ਸਾਹਿਬ ਕਹਿ ਦੇਣਗੇ ਬੰਦ ਹੋ ਜਾਣਗੇ, ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਆ ਕੇ ਕਿਹਾ ਕਿ ਨਸ਼ਾ ਬੰਦ ਕਰ ਦਿੱਤਾ ਗਿਆ, ਹੁਣ ਬਿਲਕੁਲ ਨਹੀਂ ਹੈ, ਪਰਚੇ ਦਿਖਾਤੇ ਕਿ ਇੰਨੇ FIRs ਕੀਤੀਆਂ, ਲੇਕਿਨ ਨਸ਼ਾ ਤਾਂ ਸਟਿਲ ਦੇਰ। ਉਹਦੇ ਵਾਸਤੇ ਸਾਨੂੰ ਅੱਜ ਡਿਸਕਸ਼ਨ ਰੱਖਣੀ ਚਾਹੀਦੀ ਸੀ, ਔਰ ਮੈਂ ਬੇਨਤੀ ਕਰਨਾ ਚਾਹੁੰਦਾ ਉਸ ਡਿਸਕਸ਼ਨ ਦੇ ਵਿੱਚ, ਨੋਟ ਟੂ ਬਲੇਮ ਐਨੀਬਡੀ, ਨੋਟ ਟੂ ਬਲੇਮ ਆਮ ਆਦਮੀ ਪਾਰਟੀ, ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਨਸ਼ਾ ਵਿਕਾ ਰਹੀ ਹੈ, ਨਾ ਮੈਂ ਨਹੀਂ ਕਹਿ ਰਿਹਾ ਸੀ ਕਾਂਗਰਸ, ਮਤਲਬ ਕਿ ਇਹ ਹੁਣ ਬਲੇਮ ਗੇਮ ਕਦੋਂ ਛੱਡਾਂਗੇ? ਇਹਨੂੰ ਛੱਡ ਕੇ ਉਹਦੇ 'ਤੇ ਵਿਚਾਰ ਹੋਣਾ ਚਾਹੀਦਾ ਕਿ ਕਿੱਦਾਂ ਅਸੀਂ ਨਸ਼ੇ 'ਤੇ ਰੋਕਥਾਮ ਲਾ ਸਕਦੇ ਹਾਂ। ਇਹ ਬਲੇਮ ਗੇਮ ਛੱਡ ਕੇ ਕਿ ਵਾਈਟ ਪੇਪਰ ਲੈ ਕੇ ਆਉਣਾ ਅਤੇ ਮੇਰੀ ਜ਼ਿੰਮੇਵਾਰੀ ਖਤਮ ਹੋ ਗਈ, ਮੈਂ ਦੱਸਦਾ ਕਿ ਫਲਾਨੀ ਸਰਕਾਰ ਨੇ ਇੰਨਾ ਕਰ ਚੜਾਤਾ, ਇਹ ਕਦੋਂ ਦੱਸਾਂਗੇ? ਇਹਦਾ ਹੱਲ ਕਦੋਂ ਕਰਾਂਗੇ ਕਿ ਕਿਵੇਂ ਰੈਵੀਨਿਊ ਆਏਗਾ? ਸਾਨੂੰ ਆਟਾ ਦਾਲ ਦੇਣ ਦੀ ਲੋੜ ਨਹੀਂ ਸੀ, ਮੰਗ ਨਹੀਂ ਸੀ, 450 ਕਰੋੜ ਰੁਪਏ ਜਿਹੜਾ ਤੁਸੀਂ ਉੱਥੇ ਸਪੈਂਡ ਕਰੋਗੇ ਕਿਉਂ? ਕਿਤੇ ਹੋਰ ਕੰਮ 'ਤੇ ਲਾਇਆ ਜਾ ਸਕਦਾ? ਕਿਵੇਂ ਬਜਟ, ਕਿਵੇਂ ਜਿਹੜਾ ਪੰਜਾਬ ਇਸ ਕਰਜ਼ੇ 'ਚੋਂ ਨਿਕਲੇਗਾ, ਇਹ ਹੋਰ ਵੱਧ ਜਾਏਗਾ, ਫਿਰ ਅਗਲੀ ਸਰਕਾਰ ਹੋਰ ਵਾਈਟ ਪੇਪਰ ਆਵਾਂਗੇ, ਅਸੀਂ ਨਵਾਂ ਵਾਈਟ ਪੇਪਰ ਸ਼ੋਅ ਕਰ ਦਿਆਂਗੇ। ਸੋ ਉਹਨਾਂ ਪੱਖਦਿਆਂ ਮੁੱਦਿਆਂ 'ਤੇ ਹਜੇ ਗੱਲ ਨਹੀਂ, ਠੀਕ ਹੈ, ਬੱਸਿਸ ਦਾ ਨਹੀਂ ਚਲਾਇਆ, ਆਪਾਂ ਇਕੱਠੇ ਹੋ ਗਏ ਯਾਰ, ਜਨਤਾ ਨੂੰ ਇਹ ਦੱਸੀਏ ਕਿ ਹੁਣ ਸਾਡੀ ਵਾਰੀ ਆ ਗਈ, ਸਾਨੂੰ ਪਤਾ ਲੱਗਿਆ ਅਸੀਂ ਚਲਾਤੀਆਂ। ਜਨਤਾ ਅੱਜ ਸੱਚ ਸੁਣਨਾ ਚਾਹੁੰਦੀ ਹੈ, ਜਨਤਾ ਇਹ ਸੱਚਾਈ ਜਾਣਨਾ ਚਾਹੁੰਦੀ ਹੈ ਕਿ ਪੰਜਾਬ ਕਦ ਅੱਗੇ ਵਧੇਗਾ, ਸਾਡਾ ਪੁਰਾਣਾ ਮੁੜ ਪੰਜਾਬ ਕਦੋਂ ਵਾਪਸ ਆਏਗਾ। ਯੂ ਰਾਏ, ਜਨਤਾ ਸਭ ਜਾਣਦੀ ਹੈ, ਜਨਤਾ ਉਤਾਵਲੀ ਹੈ, ਬੇਸਬਰ ਹੈ, ਆਸਾਂ ਬੜੀਆਂ ਨੇ, ਬਟ ਜਿਵੇਂ ਦੇਖਣਾ ਪਏਗਾ, ਹੁਣ ਤਾਂ ਸਾਨੂੰ ਵਕਤ ਦੇਣਾ ਪਏਗਾ। ਉਮੀਦ ਕਰਦੇ ਹਾਂ ਕਿ ਵੀ ਇਹੋ ਜਿਹੇ ਹੋਰ ਰਿਪੋਰਟ ਕਾਰਡ ਨਾ ਆਉਣ, ਚੰਗੇ ਰਿਪੋਰਟ ਕਾਰਡ ਆਉਣ, ਬਿਕੋਜ਼ ਹੁਣ ਪੰਜਾਬ 'ਤੇ ਬਹੁਤ ਵੱਡਾ ਕਰਜ਼ਾ ਕੀ ਬਹੁਤ ਸਾਰੇ ਬਰਡਨ ਨੇ ਜਿਹੜੇ ਉਤਾਰਨ ਵਾਲੇ ਨੇ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ, ਐਂਡ ਆਈ ਹੋਪ ਇਹੋ ਜਿਹੇ ਸੈਸ਼ਨ ਹੋਰ ਹੁੰਦੇ ਰਹਿਣ ਜਿੱਥੇ ਅਸੀਂ ਵੀ ਪਾਰਟ ਰਹੀਏ, ਅਤੇ ਅਗਲੀ ਵਾਰੀ ਤੁਹਾਡੇ ਕੈਮਰਾ ਜ਼ੂਮ ਹੋ ਜਾਵੇ ਤਾਂ ਅਸੀਂ ਸਪੈਸ਼ਲ ਕੈਮਰਾ ਲਗਾਉਣ ਭੇਜਣ ਲਈ ਤਿਆਰ ਹੈਗੇ ਹਾਂ। ਥੈਂਕ ਯੂ ਨਿਮਰਤ ਜੀ, ਥੈਂਕ ਯੂ ਸੋ ਮਚ। ਅਸੀਂ ਤਾਂ ਚਲੋ ਜਿਹੜੀਆਂ ਗੱਲਾਂ ਅਸੀਂ ਵਿਧਾਨ ਸਭਾ 'ਚ ਨਹੀਂ ਦੱਸ ਸਕਦੇ, ਐਂਡ ਪਰਟੀਕੁਲਰਲੀ ਜਨਤਾ ਨੂੰ ਵੀ ਇਹ ਹੁੰਦਾ ਕਿ ਇਸ ਚਰਚਾ ਕਿਉਂ ਨਹੀਂ ਹੋਈ, ਸੋ ਤੁਹਾਡੇ ਮਾਧਿਅਮ ਦੇ ਰਾਹੀਂ, ਪਹਿਲਾਂ ਵੀ ਬਹੁਤ ਮੈਂ ਸਮਝਦਾ ਕਿ ਐਸੀਆਂ ਗੱਲਾਂ ਤੁਹਾਡੇ ਚੈਨਲ ਦੇ ਰਾਹੀਂ ਜਿਹੜੀਆਂ ਜਨਤਾ ਨੂੰ ਨਹੀਂ ਪਤਾ ਹੁੰਦੀਆਂ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਤੱਕ ਪਹੁੰਚਾਉਣ ਦੀਆਂ, ਔਰ ਤੁਹਾਡੀ ਇਸੇ ਤਰ੍ਹਾਂ ਕਿਰਪਾ ਬਣੀ ਰਹੇਗੀ। ਸਾਨੂੰ ਓਪੋਜੀਸ਼ਨ ਨੂੰ ਵੀ ਸਾਡੀ ਆਵਾਜ਼ ਜਨਤਾ ਤੱਕ ਪਹੁੰਚਦੀ ਰਹੇਗੀ, ਤਾਂ ਮੈਨੂੰ ਲੱਗਦਾ ਕਿ ਲੋਕ ਐਨਾਲਿਸਿਸ ਚੰਗਾ ਕਰ ਸਕਣਗੇ ਕਿ ਕੌਣ ਕਸੂਰਵਾਰ ਹੈ ਔਰ ਕੌਣ ਨਹੀਂ ਕਰਨਾ ਚਾਹੁੰਦਾ। ਜੀ ਬਿਲਕੁਲ, ਥੈਂਕ ਯੂ ਸੋ ਮਚ, ਥੈਂਕ ਯੂ।